दूसरे पासे देखा कि रज्जी वाला पिंड है, हर नंबर के उत्ते 100 रुपए का मान सम्मान होगा। हम टिके रहे हो यार। ठीक है जी, बहुत धन्यवाद जी। सो नाल ही साडे बलदेव सिंह जी सरपंच साहब कहते हैं भी 1100 रुपया पिंड की टीम के लिए मान सम्मान होगा। खेड के मैदान में बहुत वड्डा धन्यवाद करांगे आपां सारे परिवारों का। जिहड़े बंदे ने पैसे देने हो इत्थे कुर्सी ते बह के दे बंदा साडा पैसे लै जू फड़ के ग्राउंड च ना आवे। मेहनत वाली गल है यार, तो असीं नहीं चाहते भी पिछले साल आगू खप पवे फिर। हैलो, वाहेगुरु जी का खालसा, वाहेगुरु जी की फतेह। इस गल नूं तुसीं खालसा जी प्रवान करना जिहड़ी महापुरशां ने आखी सी। जे आपां कहिंगे वी खिलाड़ी पैसों दे भुखे वी नहीं गा, एवें नंबर बनाउण दी कोई लोड़ नहीं किसे नूं। मेहनत वाली गल आ, मैं फिर वार वार कहिंदा वी टैके बहि जाओ बस। कोई गल नहीं जी, बड़े प्यार दे नाल आपां खिलाड़ियों नूं माया देणी है ते तुसीं इत्थे स्टेज ते एंट्री काउंटर ते आके आपां कमेंट्री बॉक्स दे उत्ते माया लिखा देणी है ते आपां माया खिलाड़ियों नूं दे देवांगे। बलदेव सिंह जी सरपंच साहब 1100 रुपया खखराणे दी टीम दे लई मान सम्मान है। लो मैच शुरू हो जा रहा है। लैबी भाई इस अगली लिस्ट मैनूं दस दे वी किहदा मैच किहदे नाल खेडिया जा। कौडी पाई होवे, मैच लगा देख ताली दर्शकां मजाई होवे, टच लाहंदियां दे कोले खड़दा फेर दिल गभरूदा, उड़ जू करदा फेर दिल गभरूदा। एक बारी ताड़ियां मार जो दोहां टीमां दे दर्शी वीरो, मैच बहुत तकड़ा। एक पासे इंदौर दी धरती दा इकबाल सिंह गिल, लो दूसरे पासे देखांगे खेड दे मैदान विच जस्सा।
ਅਸੀਂ ਸਾਹਮਣੇ ਦੇਖੋ ਚੀਨ ਦੀ ਕੰਧ ਵਰਗੇ ਮੁੰਡੇ ਹੈ ਸੱਚੇ ਪਾਤਸ਼ਾਹ ਦੀ ਵੇਰ ਹੈ ਪਰ ਇੱਧਰ ਦੇਖੋ ਸਾਹਮਣੇ ਬੰਨੀ ਧੂੜ ਪਿੰਡ ਵਾਲਾ ਫੈਸਲਾ ਕਰ ਗਿਆ ਕਿ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਹੈ ਕਿ ਰੇਡਰ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਉਹੀ ਵਧੀਆ ਜਾਫੀ ਹੁੰਦਾ ਜਿਹੜਾ ਚੜ੍ਹਦੀ ਰੇਡ ਨੂੰ ਡੱਕੇ ਮੈਂ ਵੀ ਰਾਜਵਾਲਾ ਬਿਆਸਿਆ ਕਰਗਲ ਮੁੰਡੇ ਦੀ ਪੈਂਦੀ ਹੋਈ ਕਬੱਡੀ ਗੁਰੀ ਦੀ ਲਾਏ ਪੱਲੇ ਪੰਨੇ ਗੁਰੀ ਖੁਖਰਾਣੇ ਦੀ ਟੀਮ ਦਾ ਧਾਵੀ ਦਰਸ਼ਕ ਵੀਰੋ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਬਿਕਰ ਸਿੰਘ ਜੀ ਧਾਲੀਵਾਲ ਖੁਖਰਾਣੇ ਦੀ ਸਮੁੱਚੀ ਟੀਮ ਲਈ 500 ਰੁਪਏ ਇਨਾਮ ਭੇਜਦੇ ਨੇ ਖੁਖਰਾਣੇ ਦੇ ਗੁਰੂ ਦੀ ਕਬੱਡੀ ਨਹੀਂ ਉਰੀਸਾ ਪੁਆਇੰਟ ਧਾਵੀ ਦਾ ਬਿਕਰ ਸਿੰਘ ਜੀ ਧਾਲੀਵਾਲ ਖੁਖਰਾਣੇ ਦੀ ਸਮੁੱਚੀ ਟੀਮ ਦੇ ਲਈ 500 ਰੁਪਏ ਇਨਾਮ ਭੇਜਦੇ ਨੇ ਪੁਆਇੰਟ ਖੁਖਰਾਣੇ ਦਾ ਲਓ ਅਗਲੀ ਕਬੱਡੀ ਇਧਰਲੇ ਬੰਨੇ ਦੇਖਦੇ ਵੀ ਹੁਣ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਖੁਖਰਾਣੇ ਦੇ ਵਿਹੜੇ ਪਾਈ ਹੋਈ ਕਬੱਡੀ ਨਹੀਂ ਉਰੀਸਾ ਚਾਰ ਜਾਫੀ ਉਧਰਲੇ ਬੰਨੇ ਵੇਖਾਂਗੇ ਵੀ ਸੋਨਾ ਜਾਂ ਕਿਹੜਾ ਜਾਫੀ ਜਿਹੜਾ ਖੁਖਰਾਣੇ ਦਾ ਇਸ ਧਾਵੀ ਨੂੰ ਡੱਕ ਪਾਵੇਗਾ ਸੌਖੀ ਨਹੀਂ ਕਬੱਡੀ ਖੇਡਣੀ ਪੈਂਦਾ ਸਰੀਰ ਨੂੰ ਭੱਠੀ ਵਿੱਚ ਚੁੱਕਣਾ ਨਹੀਂ ਉਰੀਸਾ ਗੱਭਰੂਆ ਫੜਾ ਗਿੱਟਾ ਲਾ ਦੇ ਰਿਸਾਂ ਜੱਫਾ ਖੁਖਰਾਣੇ ਦਾ ਬਹੁਤ ਤਕੜਾ ਜੱਫਾ ਪੁਆਇੰਟ ਜਾਫੀ ਦੇ ਹਿੱਸੇ ਹੈ ਅਗਲੀ ਕਬੱਡੀ ਜੱਸਾ ਚੰਦਾ ਵਾਲਾ ਖੁਖਰਾਣੇ ਵੱਲੋਂ ਲਾ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਜੱਸਾ ਚੰਦਾ ਦਾ ਗੱਲ ਸੁਧੇਰ ਵੀ ਕਰੇਗਾ ਬੋਲਣਾ ਸਰਪੰਚ ਜੀ ਇੱਕ 100 ਰੁਪਇਆ ਜਾਫੀ ਦੇ ਲਈ ਮੈਨ ਭੇਜਦੇ ਹੈ ਸੱਚੇ ਪਾਤਸ਼ਾਹ ਲੰਬੀਆਂ ਉਮਰਾਂ ਬਖਸ਼ੇ ਇੱਧਰ ਦੇਖੋ ਸਾਹਮਣੇ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਇੱਕ 100 ਰੁਪਇਆ ਬੀਤੇ ਤੇ ਜੱਫੇ ਤੋਂ ਖੁਸ਼ ਹੋ ਗਏ ਭਾਈ ਜੀ ਬਾਅਦ ਤੁਸੀਂ ਮਾਇਆ ਦੇ ਦਿਆ ਜੀ ਮੈਂ ਤੁਹਾਡਾ ਨਾਮ ਬੋਲਣਾ ਹੈ ਮੈਂ ਵੀ ਗੁਰਜੀਤ ਸਿੰਘ ਮੁਬਾਰਕਬਾਦ ਹੈ ਆਪਣੀ ਮੇਲਾ ਕਮੇਟੀ ਨੂੰ ਲਓ ਇੱਕ ਪਾਸੇ ਤਲਵੰਡੀ ਭਾਈ ਵਾਲਾ ਲਓ ਸਾਹਮਣੇ ਦੇਖਾਂਗੇ ਲਾਲੇ ਦਾ ਪੁੱਤ ਕਹਿੰਦੇ ਰਮਣ ਹੈ ਤੇ ਇਹ ਭਤੀਜਾ ਖੇਡ ਦੇ ਮੈਦਾਨ ਦੇ ਵਿੱਚ ਪੂਰੀ ਟਰਾਈ ਕਰਦਾ ਹੋਇਆ ਲਓ ਸਾਹਮਣੇ ਸੋਨੂ ਦੀ ਪਾਈ ਹੋਈ ਕਬੱਡੀ ਹੈ ਨਾਲ ਅਗਲਾ ਮੈਚ ਡਗਰੂ ਤੇ ਲੋਪੋ ਦੀ ਗੁਰਚਰਨ ਸਿੰਘ ਜੀ ਬਹੁਤ ਤਕੜੀ ਡਾਂਗ ਉੱਠਣੀ ਹੈ ਲਓ ਸਾਹਮਣੇ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਰੌਲੀ ਵਾਲਾ ਦੂਸਰੇ ਪਾਸੇ ਰੱਜੀ ਵਾਲੇ ਵਾਲਾ ਲਓ ਖੇਡ ਦੇ ਮੈਦਾਨ ਦੇ ਵਿੱਚ ਤਕੜੀ ਟਰਾਈ ਕਰਦਾ ਹੋਇਆ ਹੈ ਮੈਂ ਬੇਨਤੀ ਕਰੂੰਗਾ ਕਲੀ ਵਾਲੇ ਸੱਜਣ ਨੂੰ ਵੀ ਜਿੱਥੇ ਜਿੱਥੇ ਲੋੜ ਹੈ ਲੱਭੀ ਭਲਵਾਨਾ ਕਲੀ ਪਾ ਦੇ ਤੇਰਾ ਬਹੁਤ ਵੱਡਾ ਧੰਨਵਾਦ ਹੈ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ ਭਾਈ ਦਰਦਾਂ ਮਿਲੀਆਂ ਹਾਰਾਂ ਨੂੰ ਜਿਵੇਂ ਜੋੜੀ ਪਰਖਦਾ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਲੈਬੀ ਪੁੱਤਰਾ ਤੇਰੀ ਖੇਡ ਦੇ ਲੋਕ ਦੀਵਾਨੇ ਹੈ ਲਓ ਸਾਹਮਣੇ ਦੇਖੋ ਇੱਕ ਪਾਸੇ ਗੁੜੀ ਹੈ ਦੂਸਰੇ ਪਾਸੇ ਦੇਖਾਂਗੇ ਗਗਨ ਹਰਜੀ ਪਾਸੇ ਨਹੀਂ ਰੀਸਾਂ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਨੰਬਰ ਖਖਰਾਣੇ ਦਾ ਹੈ ਨੰਬਰ ਖਖਰਾਣੇ ਦਾ ਹੈ ਖੁਖਰਾਣੇ ਵਾਲਾ ਸੋਨਾ ਜਿੰਨੇ ਵੀ ਜੱਫੇ ਲਾਉਂਦਾ ਹੈ ਗੁਰਜੀਤ ਜੂਕੇ ਦੇ ਡੈਡੀ ਵੱਲੋਂ ਉਹਨੇ 100-100 ਰੁਪਏ ਸੋਨੇ ਨੂੰ ਦਿੱਤੇ ਜਾਣੇ 100 ਰੁਪਇਆ ਨਰਪੈਰ ਸਿੰਘ ਜੀ ਨਾਲ ਤਰਸੇਮ ਸਿੰਘ ਜੀ ਮੇਰਾ ਵੀਰ ਸੋਨੇ ਦੇ ਲਈ ਦੇ ਕੇ ਗਏ ਨੇ ਇਧਰਲੇ ਬੰਨੇ ਲਓ ਦੇਖੋ ਰੌਲੀ ਵਾਲੇ ਨੌਜਵਾਨ ਦੇ ਲਈ ਬਹੁਤ ਵੱਡੇ ਮਾਣ ਪੁੱਜੇ ਸਾਡੇ ਸੱਜਣਾਂ ਵੱਲੋਂ ਲੈ ਵੀ ਬਿੱਲਿਆ ਮੁਬਾਰਕਬਾਦ ਆ ਬਾਈ ਅੱਜ ਤੁਹਾਨੂੰ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਦਰਸ਼ਕਾਂ ਦਾ ਵੀ ਇਕੱਠ ਬਹੁਤ ਵੱਡਾ ਹੈ ਭਾਵੇਂ ਹਨੇਰਾ ਹੋ ਗਿਆ ਪਰ ਦਰਸ਼ਕ ਟਿਕੇ ਖੜੇ ਹੈ ਸਾਰ ਰੋਕ ਰੋਕ ਕੇ ਪੱਬਾਂ ਪਾ ਰੋਕ ਕੇ ਇਸ ਮੈਚ ਨੂੰ ਤੱਕਦੇ ਹੈ ਭਾਰਤ ਤੇ ਪਾਕਿਸਤਾਨ ਦੀ ਜੰਗ ਵਰਗਾ ਮੈਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਕਬੱਡੀ ਵਰਗਾ ਮੈਚ ਹੈ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਨੌਜਵਾਨ ਦੀ ਕਬੱਡੀ ਦੂਸਰੇ ਪਾਸੇ ਦੇਖੋ ਫਿਰ ਖੇਡ ਦੇ ਮੈਦਾਨ ਦੇ ਵਿੱਚ ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਕਹਿੰਦੇ ਸੰਨਾ ਵਾਲਾ ਭੇੜ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਹੈ ਚੱਲ ਵੀ ਸੋਨਿਆ ਪਾ ਕਬੱਡੀ ਲੈ ਵੀ ਪੁੱਤਰਾ ਤਕੜਾ ਹੋ ਗਿਆ ਬਾਂਦਰ ਦੌੜ ਵਾਲਿਆ ਤੇਰੀ ਖੇਡ ਦੇ ਲੋਕ ਦੀਵਾਨੇ ਹੈ ਜਾਂ ਫਿਰ ਸਾਹਮਣੇ ਖੇਡੇ ਰੌਲੀ ਵਾਲੇ ਨੌਜਵਾਨ ਮੀਤ ਨੂੰ ਕਿ ਪੁੱਤਰਾ ਤੂੰ ਜੱਫਾ ਲਾਉਣਾ ਹੈ ਇਸ ਨੌਜਵਾਨ ਨੂੰ ਲਓ ਸਾਹਮਣੇ ਗੁੱਟ ਫੜ ਕੇ ਕੈਂਚੀ ਜੜ ਕੇ ਟੰਗੀ ਲਾਉਣੀ ਪੈਂਦੀ ਹੈ ਦੁਨੀਆ ਦੁਨੀਆ ਐਵ ਨਹੀਂ ਹੁੰਦੀ ਫੈਨ ਤੇ ਫੈਨ ਬਣਾਉਣੀ ਪੈਂਦੀ ਹੈ ਡਗਰੂ ਤੇ ਲੋਪੋ ਅਗਲੇ ਮੈਚ ਲਈ ਦੋਹਾਂ ਟੀਮਾਂ ਜਲਦੀ ਨਾਲ ਤਿਆਰੀ ਖਿੱਚ ਲੈਣ ਡਗਰੂ ਤੇ ਲੋਪੋ ਸੁਖਜਿੰਦਰ ਕੈਨੇਡਾ ਤੇ ਗੁਰਜੀਤ ਜੂਕੇ ਸੋਨੇ ਲਈ ਕਹਿੰਦੇ ਵੀ 500-500 ਰੁਪਏ ਦਾ ਮਾਨ ਹੋਵੇਗਾ ਜਿੰਨੇ ਵੀ ਪੁਆਇੰਟ ਸੋਨਾ ਲੈਂਦਾ ਸੁਖਜਿੰਦਰ ਕੈਨੇਡਾ ਵਾਲਾ ਲਾਈਵ ਜਿਹੜੇ ਮੈਚ ਦੇਖ ਰਿਹਾ ਸਾਡਾ ਵੀਰ ਬਹੁਤ ਧੰਨਵਾਦ ਇਧਰਲੇ ਬੰਨੇ ਲਓ ਖੁਖਰਾਣੇ ਵਾਲੇ ਗੁਰੀ ਦੀ ਕਬੱਡੀ ਨਹੀਂ ਉਰੀਸਾ ਭਰੀ ਖੁੱਚ ਲੱਗਿਆ ਜ਼ੋਰ ਦੋ ਖਿਡਾਰੀਆਂ ਦਾ ਹੁਣ ਮੁਕਾਬਲਾ ਖੇਡ ਮੈਦਾਨ ਵਿੱਚ ਡਗਰੂ ਤੇ ਲੋਪੋ ਅਗਲੇ ਮੈਚ ਲਈ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਗੁਰੀ ਖੁਖਰਾਣੇ ਵਾਲੇ ਦੀ ਵਾਹ ਗੱਭਰੂ ਵਾਲੇ ਰਿਸਾਂ ਨਹੀਂ ਉਰੀਸਾ ਉੜਦੀ ਧੂੜ ਨਹੀਂ ਉਰੀਸਾ ਕਿੱਥੇ ਆ ਕੇ ਕਰਮਾਂ ਨੇ ਪੁਆਇੰਟ ਖੁਖਰਾਣੇ ਦੇ ਗੁਰੀ ਦਾ ਡਗਰੂ ਤੇ ਲੋਪੋ ਅਗਲੇ ਮੈਚ ਲਈ ਟੀਮਾਂ ਜਲਦੀ ਆ ਜਾਣ ਖੋਸਿਆਂ ਵਾਲਾ ਬੂਟਾ ਤਾਂ ਉਹ ਖੇਡ ਮੈਦਾਨ ਤੱਕ ਦੀ ਕਬੱਡੀ ਪਾ ਰਿਹਾ ਦਰਸ਼ਕ ਵੀਰੋ ਇੱਧਰਲੇ ਬੰਨੇ ਸੋਨਾ ਕਹਿੰਦੇ ਵੀ ਜਿੰਨੇ ਵੀ ਜੱਫੇ ਲੈਂਦਾ ਗੁਰਜੀਤ ਜੂਕੇ ਤੇ ਸੁਖਜਿੰਦਰ ਕੈਨੇਡਾ 500-500 ਰੁਪਇਆ ਮੰਨ ਦਿੱਤਾ ਜਾਣਾ ਪੁਆਇੰਟ ਖੋਸਿਆਂ ਵਾਲੇ
बूटे का डगरू ते लोपो जल्दी आ जाने गुरचरण सिंह जी दोनों टीम अगले मैच दिया जल्दी तो जल्दी पहुंच जा लो मिंटू नौजवान की पाई हुई कबड्डी है राजदीप राजे उन्हों का वीर कबड्डी के शुदाई है लो सामने देखो खखराने वाले गुरतेज होने भाई गुरजीत उन्होंने बहुत बड़ा धन्यवाद है उधर खालसा जी साढ़े कहते सच्चे पातशाह की वेर है और सामने मिंटू एक मिंटू सरपंच है एक आ सामने मिंटू तुहाडे पिंड का माण है कहते दर्शक वीरों मैच वधिया लगता एक बड़ी जोरदार ताड़ियां मार जो दोहां टीमों के लिए कहते मैच वधिया लगता लो सामने पाई हुई कबड्डी लबी बंद डोर वाले पुत्रा मूहरे हो जा नौजवाना मिंटू कुकराने लिए 100 रुपया तेज कबड्डी खिलाड़ी 100 रुपया बिल्ला साडा कबड्डी खिलाड़ी 100 रुपया गुरजीत जोके तिना वालों कुकराने वाले मिंटू के लिए 100 रुपया बहुत बहुत धन्यवाद बहुत तकड़ा मुकाबला दर्शक भीरो दोहों टीमों का खुखराना ना दूसरे बन्ने देखते भी दोहों टीमों के दरम्यान बड़ा तकड़ा मुकाबला खेडे जा रहा है रज्जी वाला ते खुखराने का कुंडिया ने सिंह फसन वाली गल ऐसा कली वाला वीर कली पा दे बेनती है मेरी फौजी ने जिथे भी वास हुंदा जल्दी ना लैना ते कली पावे नहीं कली पा दे ओरा नहीं ओरिसा खुखराने वाला मिंटू ऐसा सामने खेड मैदान च कबड्डी पा रहा सौखी नहीं कबड्डी खेडनी पैंदा शरीर नूं पट्ठी विच चुकना लग जांदी जान मित्रो हुंदा सौखा नहीं तावी नूं रोकना लग जांदी जान मित्रो एना सौखा नहीं रेडर नूं हुंदा डकना बाकी बेंसिया पूरा जोर लग जांदा इधर देखो सामने खेड दे मैदान विच बूटे दी पाई हुई कबड्डी एक सद्दा सिंह वाले दा एक उंबड़ी आने दा एक आ सामने देखो खेड दे मैदान हथ घुट के फर लै दे अजे साडी उम्र ने आने मैं सुनिया मेले चो बिछड़ के कई रूहां दे हाने हथ घुट के फर लै दे अजे साडी उम्र आने हां जी भाई दीपू खुखराने वालों मिंटू नूं 100 रुपया 100 रुपया रैंपू वालों ते 100 रुपया दीप वपारी वालों डगरों ते लोपो भाई जी अगला मैच होना दोहों टीमों का जल्दी नाल टीमां तैयारी फड़ लैण इधरले बन्ने जस्सा चंदा वाला खुखराने लई कबड्डी पा रहा भाई चरण सिंह जी वपारी और देखते भी बहुत वड्डे मान होने हैं प्लांट जरा जाति का प्लांट रज्जी वाले की टीम के हिस्से है बहुत तकड़ा मैच दोहों टीमों का मुंडे कौडी खेडन बई खेडन में खाड़िया आके चेहरे दगते शेरों के रखते डोलों लिचका के दुनिया पहुंची जाती है दूरों नेड़े हुब हमा के हुण सिंह फस के कुंडिया के मित्रों बह जाओ गोडी ला के तकड़ा मैच दोहों टीमों का अगली कबड्डी खोसों वाले बूटे की उधरले बन्ने खुखराने के चार जाफी सोना कहते भी लो देखो सामने खेल के मैदान में पैंती हुई कबड्डी है आपां सामने तकांगे गोल दे दायरे दे नाल जुड़े हुए दर्शक वीरां दा बहुत वड्डा धन्नवाद है पर इधर डबल टच हो चुकिया है दोनों टीमों का बहुत वड्डा धन्नवाद है जिहड़ी मर्जी टीम जित गई है इस मैच दे विचों रज्जी वाले की टीम जितों भाजी नोट कर लो इत्थे रज्जी वाले की टीम जित गई कोई गल नहीं अगलिया दोनों टीमों इतों छड़ दो जी ग्राउंड डगरू ते लोपो डगरू वर्षे लोपो उधर पंजाब पुलिस ने साडे विच पुजी है सबरा साहब बहुत वड्डा धन्यवाद कबड्डी दे तुसी भी दीवाने हो इधर साडे हरबंस सिंह जी सरपंच साहब कनेडा वाले तजिंद्रपाल सिंह जी सरपंच साहब बहुत वड्डा धन्यवाद माण है पंजाबी माहौलों तो खुश होके बाहरले पासे आ जाओ मेरे मित्रों वंदर डोर ते पोनिया रेडवा यह भी टीम अपनी तैयारी कर लेन जल्दी तो जल्दी मूव स्प्रे अच्छा जी कैमरे वाले सेवक फोटो स्टूडियो वाला जल्दी आ जाए साडा फोटोग्राफर गुरु नानक स्टूडियो वाला वीर सेवकाई भी जल्दी बहुत धन्यवाद डगरू ते अगला जिहड़ा मैच खेडिया जाना लोपो का दोहों टीमों की भी तकड़ी टक्कर कांति प्रसाद जी डगरू वाले साडे प्रधान जी भी पहुंचे ने जी आखदे आ डगरू ते लोपो दोहों टीमों की एक तकड़ी टक्कर दर्शक वीरो मैच होणगे टिकाणे ते होणगे पता लग जो किन्ना डूंगा पानी हुण कुंडियां दे सिंह फस गए कोई नित्रू वड़ेवे खाने देखते डगरू ते लोपो की तकड़ी टक्कर पोनिया रेडवा अगला मैच ये भी टीम तैयार रहन दोहों टीमों नूं बेनती है जस्सा साडा वीर दद्दा होर वाला अपना मान सरना लै लवे स्टेज तो आके जस्सा दद्दा होर वाला उहदा विशेष सन्मान किया जाना है साडे संस्था वालों अपना मान सरना लै लवे लव मुबारकबाद देवांगे पूरे पिंड नूं इस संस्था के जिम्मेवार वीर सारिआं दा धन्नवाद है अदर सरदार महेंद्र सिंह जी सरपाल सिंह जी सबू सरपंच परिवार 51,000 रुपया इस परिवार की देन है सच्चे पातशाह चढ़दी कला रखे सारे परिवारों आ भी मैच दर्शक वीरों बहुत तकड़ा शुरू हो जा रहा है
ਲੈ ਵੀ ਕਹਿੰਦਾ ਬਿਸਲ ਬੰਦ ਕਰ ਦੇ ਪੁੱਤਰਾ ਜਾਂਦਾ ਰਹਿ ਬਹੁਤ ਤਕੜਾ ਮੈਚ ਸ਼ੁਰੂ ਹੋਵੇਗਾ ਖੇਡ ਦੇ ਮੈਦਾਨ ਦੇ ਵਿੱਚ ਆਓ ਸਾਹਮਣੇ ਇੱਕ ਪਾਸੇ ਆਪਣਾ ਗੁਆਂਢੀ ਪਿੰਡ ਹੈ ਲਓ ਡਗਰੋ ਔਰ ਦੂਸਰੇ ਪਾਸੇ ਲੁੱਪੋ ਸੰਤ ਬਾਬਾ ਦਰਬਾਰੀ ਦਾਸ ਦੀ ਧਰਤੀ ਹੈ ਦੋਨਾਂ ਟੀਮਾਂ ਦੇ ਦਰਮਿਆਨ ਮੈਚ ਬਹੁਤ ਤਕੜਾ ਸ਼ੁਰੂ ਹੋਣ ਜਾ ਰਿਹਾ ਹੈ ਆਓ ਮੰਗੇ ਦੇ ਕਬੱਡੀ ਕੱਪ ਦੀ ਕਹਿੰਦੇ ਜੇਤੂ ਟੀਮ ਹੈ ਖੇਡ ਦੇ ਮੈਦਾਨ ਦੇ ਵਿੱਚ ਮੈਚ ਜਲਦ ਸ਼ੁਰੂ ਹੋਵੇਗਾ ਆਪ ਵੀ ਨੌਜਵਾਨਾਂ ਕਰੀਏ ਆਪਾਂ ਮੈਚ ਸ਼ੁਰੂ ਜਲਦੀ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਜਾਵੇ ਫੌਜੀ ਸਾਹਿਬ ਡਗਰੋ ਤੇ ਲੋਪੋ ਪੋਨੀਆਂ ਰੇੜਵਾਂ ਤੇ ਬਾਂਦਰ ਡੋਡ ਇਹ ਵੀ ਦੋਹੋ ਟੀਮਾਂ ਤਿਆਰੀ ਖਿੱਚ ਕੇ ਵੇਟਿੰਗ ਰੂਮ ਚ ਆ ਜਾਣ ਪੋਨੀਆਂ ਰੇੜਵਾਂ ਤੇ ਬਾਂਦਰ ਡੋਡ ਡਗਰੂ ਤੇ ਲੋਪੋ ਡਗਰੂ ਦੀ ਜਿਹੜੀ ਟੀਮ ਦਰਸ਼ਕ ਵੀਰੋ ਇੱਧਰ ਸਟੇਜ ਵਾਲੇ ਬੰਨੇ ਆ ਗਈ ਹੈ ਡਗਰੂ ਪਿੰਡ ਦੀ ਟੀਮ ਨਾ ਦੂਸਰੇ ਬੰਨੇ ਲੋਪੋ ਦੀ ਟੀਮ ਬਹੁਤ ਤਕੜਾ ਮੈਚ ਦੋਹੋ ਟੀਮਾਂ ਦਾ ਖੇਡਿਆ ਜਾਣਾ ਹੈ ਡਗਰੂ ਤੇ ਲੋਪੋ ਦੀ ਹੁਣ ਡਾਂਗ ਖੜਕਣੀ ਕਬੱਡੀ ਦੀ ਇਧਰਲੇ ਬੰਨੇ ਵੇਖਦੇ ਵੀ ਹੁਣ ਨੌਜਵਾਨ ਕਲੀ ਵਾਲਾ ਕਲੀ ਪਾਵੇ ਬਈ ਸਾਡੀ ਬੇਨਤੀ ਹੈ ਬਈ ਟੂਰਨਾਮੈਂਟ ਉਹ ਗਰਾਊਂਡ ਖਾਲੀ ਕਰੋ ਯਾਰ ਗਰਾਊਂਡ ਖਾਲੀ ਕਰੋ ਮਿਹਨਤ ਵਾਲੀ ਗੱਲ ਆ ਬਾਹਰ ਆ ਜਾਓ ਯਾਰ ਕਿਉਂ ਵਿੱਚ ਵੜੇ ਫਿਰਦੇ ਆ ਉਹ ਭਾਈ ਉਹ ਮਿਹਨਤ ਵਾਲੀ ਗੱਲ ਹੈ ਬਾਹਰ ਆ ਜਾਓ ਯਾਰ ਘੂਮ ਦਿੰਦੇ ਆ ਕਮੇਟੀ ਵਾਲੇ ਆਪਾਂ ਹੀ ਖਰਾਬ ਕਰੀ ਜਾਂਦੇ ਬਾਹਰ ਹੋ ਜਾਓ ਮਾੜਾ ਇਸ ਤੋਂ ਅੱਗੇ ਜਿਹੜਾ ਮੈਚ ਖੇਡਿਆ ਜਾਣਾ ਹੈ ਬਾਂਦਰ ਡੋਡ ਤੇ ਪੂਨਾ ਪੂਨੀਆਂ ਰੇੜਵਾਂ ਇਹ ਦੋਹੋਂ ਟੀਮਾਂ ਜਲਦੀ ਨਾਲ ਅਗਲੇ ਮੈਚ ਲਈ ਤਿਆਰ ਰਹਿਣ ਦੋਹੋਂ ਟੀਮਾਂ ਨੂੰ ਬੇਨਤੀ ਹੈ ਮੈਚ ਡਗਰੂ ਤੇ ਲੋਪੋ ਦਾ ਨਾਲ ਅੱਜ ਵਿਸ਼ੇਸ਼ ਤੌਰ ਤੇ ਰਵੀ ਝੰਡੇਆਣੇ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਸਾਡੇ ਵੀਰ ਸੇਵਕ ਸਿੰਘ ਜੀ ਨਾਲ ਰਾਜਦੀਪ ਰਾਜੇ ਉਹਨਾਂ ਵੱਲੋਂ ਵਿਸ਼ੇਸ਼ ਯਾਰਾਂ ਦੇ ਯਾਰ ਦਾ ਮਾਨ ਕੀਤਾ ਜਾਣਾ ਹੈ ਆਪਾਂ ਧੰਨਵਾਦ ਕਰਾਂਗੇ ਲਓ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਮੈਚ ਹੀ ਸ਼ੁਰੂ ਹੋ ਚੁੱਕਿਆ ਪਹਿਲੀ ਕਬੱਡੀ ਪਹਿਲਾ ਜੱਫਾ ਖੇਡ ਦੇ ਮੈਦਾਨ ਦੇ ਵਿੱਚ ਹੋਵੇਗਾ ਦਰਸ਼ਕ ਵੀਰੋ ਤਾੜੀਆਂ ਤੁਸੀਂ ਮਾਰ ਰਹੇ ਹਾਂ ਇੱਕ ਪਾਸੇ ਭੋਲਾ ਹੈ ਤੇ ਦੂਸਰੇ ਪਾਸੇ ਦੇਖਾਂਗੇ ਰਸੂਲਪੁਰੀਆ ਸਰਦਾਰਾਂ ਦੇ ਪਿੰਡ ਦਾ ਨੌਜਵਾਨ ਦੇਖਾਂਗੇ ਲੋਕੋ ਦਾ ਪੁੱਤ ਵੜ ਕੇ ਖੇਡਦਾ ਹੈ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਅਗਲੀਆਂ ਟੀਮਾਂ ਨੂੰ ਸੱਦਾ ਦੇਵਾਂਗੇ ਵਾਂਦਰ ਡੋਡ ਵਰਸੇ ਪੋਨੀਆਂ ਰੇੜਵਾਂ ਦੁਆਬੇ ਦੀ ਟੀਮ ਹੈ ਇਹਨਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਹੈ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਖਿੱਚ ਲੈਣ ਇਹਨਾਂ ਟੀਮਾਂ ਨੂੰ ਵੀ ਸੱਦਾ ਦੇਵਾਂਗੇ ਲਾਲ ਬਘੇਲੇ ਦਾ ਨਾਰਾ ਦਰਸ਼ਕ ਵੀਰੋ ਡਗਰੂ ਲਈ ਪੱਕ ਬਣੇ ਦੂਸਰੇ ਬੰਨੇ ਵੇਖਦੇ ਵੀ ਅਸਤ ਜਾਫੀ ਨਹੀਂ ਉਹ ਰਿੱਸਾ ਗੱਭਰੂਆ ਮੂਹਰੇ ਸਿੱਟ ਕੇ ਕਿੱਕਰ ਦਾ ਝਾਥਾ ਗੱਭਰੂ ਨੇ ਰੇਲ ਰੋਕ ਲਈ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਅਗਲੇ ਮੈਚ ਦੀਆਂ ਟੀਮਾਂ ਬਾਂਦਰ ਡੋਡ ਤੇ ਪੋਨੀਆਂ ਰੇੜਵਾਂ ਦੋਹਾਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਲਾਗੇ ਆ ਜਾਣ ਪੋਨੀਆਂ ਰੇੜਵਾਂ ਤੇ ਬਾਂਦਰ ਡੋਡ ਪੋਨੀਆਂ ਰੇੜਵਾਂ ਤੇ ਬਾਂਦਰ ਡੋਡ ਜਲਦੀ ਨਾਲ ਦੋਹਾਂ ਟੀਮਾਂ ਗਰਾਊਂਡ 'ਚ ਆ ਜਾਣ ਕਬੱਡੀ ਲੋਕੋ ਦੀ ਤਰਫੋਂ ਦੂਸਰੇ ਬੰਨੇ ਵੇਖਦੇ ਵੀ ਹੁਣ ਡਗਰੂ ਦਾ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਇਸ ਧਾਵੀ ਨੂੰ ਦੱਸ ਪਾਵੇਗਾ ਚੜ ਜਾਂਦਾ ਹੈ ਪੰਜਾਬੀਆਂ ਨੂੰ ਚਾਹ ਕਬੱਡੀ ਦੇਖ ਕੇ ਜਦ ਵੀ ਕੋਈ ਧਾਵੀ ਪਾਉਂਦਾ ਰੇਡ ਮੱਥਾ ਟੇਕ ਕੇ ਅੱਗੋਂ ਵਧੀਆ ਕੋਈ ਲੱਗ ਜਾਵੇ ਜੱਫਾ ਤਾਂ ਦਰਸ਼ਕ ਪੈਣ ਨੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ ਸੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਮੈਂ ਬੇਨਤੀ ਕਰੂੰਗਾ ਸਰਦਾਰ ਕਵਿੰਕਰ ਸਿੰਘ ਜੀ ਔਗੜ ਸਾਹਿਬ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਉੱਧਰ ਸਾਡੇ ਸਰਦਾਰ ਗੁਰਚਰਨ ਸਿੰਘ ਜੀ ਡਗਰੂ ਵਾਲੇ ਕੋਪਰ ਸਿਟੀ ਦੇ ਪ੍ਰਧਾਨ ਪੋਲਾ ਸਰਪੰਚ 1100 ਰੁਪਏ ਡਗਰੂ ਦੀ ਟੀਮ ਦੇ ਲਈ ਵਿਸ਼ੇਸ਼ ਸਨਮਾਨ ਕਰਨਗੇ ਹਾਂਜੀ ਆਪਾਂ ਨਾਲ ਦੀ ਨਾਲ ਰਾਜਾ ਜੀ ਮਾਨ ਸਨਮਾਨ ਕਰ ਰਹੇ ਹੈ ਕੁਝ ਸ਼ਖਸੀਅਤਾਂ ਦੇ ਉੱਧਰ ਨਾਲ ਇਸ ਤੋਂ ਅੱਗੇ ਜਿਹੜਾ ਮੈਚ ਖੇਡਿਆ ਜਾਣਾ ਹੈ ਵਾਂਦਰ ਡੋਡ ਵਰਸੇ ਪੋਨੀਆਂ ਰੇੜਵਾਂ ਦੀਆਂ ਟੀਮਾਂ ਆਪਣੀ ਤਿਆਰੀ ਕਰ ਲੈਣ ਪੋਨੀਆਂ ਰੇੜਵਾਂ ਆਪਣੀ ਤਿਆਰੀ ਕਰ ਲੈਣ ਜਲਦੀ ਤੋਂ ਜਲਦੀ ਬਾਂਦਰ ਡੋਡ ਤੇ ਪੋਨੀਆਂ ਰੇੜਵਾਂ ਸ਼ਿੰਦਰ ਸਿੰਘ ਜੀ ਖੋਸਾ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਕਰਦੇ ਹਾਂ ਸਾਬਕਾ ਸਰਪੰਚ ਸਰਦਾਰ ਬਲਜੀਤ ਸਿੰਘ ਜੀ ਇਹਨਾਂ ਦੇ ਪਰਿਵਾਰ ਦਾ ਵੀ ਸਮੁੱਚੇ ਤੌਰ ਤੇ ਧੰਨਵਾਦ ਲੋਪੋ ਦੀ ਤਰਫੋਂ ਕਬੱਡੀ ਹਾਂਜੀ ਅੰਗਰੇਜ਼ ਪੋਨੀਆਂ ਰੇੜਵਾਂ ਵਾਲਾ ਇੱਥੇ ਆ ਕੇ ਸਾਡੇ ਤੋਂ ਸਨਮਾਨ ਲੈ ਲਵੇ ਅੰਗਰੇਜ਼ ਪੋਨੀਆਂ ਰੇੜਵਾਂ ਬਬਲੀ ਰਾਮੇ ਵਾਲਾ ਕਾਕਾ ਰਾਮੇ ਵਾਲਾ ਇਹ ਵੀ ਆਪਣਾ ਵਿਸ਼ੇਸ਼ ਸਨਮਾਨ ਜਲਦੀ ਆ ਜਾਣਾ ਇਧਰਲੇ ਪਾਸੇ ਸੋਨੂੰ ਜੀ ਉਹਨਾਂ ਨੂੰ ਬੁਲਾਈਏ ਆਪਾਂ ਜਲਦੀ ਤੋਂ ਜਲਦੀ ਆਪਣੇ ਸਨਮਾਨ ਲੈ ਲੈਣ ਇਹਨਾਂ ਵੀਰਾਂ ਨੂੰ ਬੇਨਤੀ ਹੈ ਰਵੀ ਝੰਡਿਆਣਾ ਵੀ ਆ ਜਾਵੇ ਤੇ ਮਾਨ ਸਨਮਾਨ ਲੈ ਲਵੇ ਸਾਡਾ ਵੀਰ ਹੈਲੋ ਗੁਰਚਰਨ ਸਿੰਘ ਜੀ ਸੁਸਾਇਟੀ ਪ੍ਰਧਾਨ ਡਗਰੂ
ਤੇ ਭੋਲਾ ਸਰਪੰਚ ਖੁਖਰਾਣਾ ਡਗਰੂ ਦੀ ਸਮੁੱਚੀ ਟੀਮ ਦੇ ਲਈ 1100 ਰੁਪਈਆ ਸਪੈਸ਼ਲ ਨਾਮ ਭੇਜਦੇ ਨੇ ਗੁਰਚਰਨ ਸਿੰਘ ਜੀ ਸੋਸਾਇਟੀ ਪ੍ਰਧਾਨ ਡਗਰੂ ਬਲਦੇਵ ਸਿੰਘ ਜੀ ਭੋਲਾ ਸਰਪੰਚ ਖੁਖਰਾਣਾ ਡਗਰੂ ਦੀ ਸਮੁੱਚੀ ਟੀਮ ਦੇ ਲਈ 1100 ਰੁਪਈਆ ਨਾਮ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਪੋਨੀਆਂ ਰੇਡਮਾਂ ਤੇ ਵਾਂਦਰ ਡੋੜ ਰਾਜਦੀਪ ਰਾਜਾ ਸਾਡਾ ਵੀਰ ਇੱਥੇ ਪੁੱਜੇ ਰਾਜਦੀਪ ਰਾਜਾ ਕਾਕਾ ਰਾਮਾ ਤੇ ਬਬਲੀ ਰਾਮਾ ਕਿੱਥੇ ਭਾਜੀ ਆਪਣੇ ਸਨਮਾਨ ਲੈ ਲਓ बहुत धन्यवाद साढ़े इधर इकबाल खेर जी मलकीत अली उन्हों का बहुत वाला धन्यवाद डरोली भाई वाले सज्जणा का गोरा जी साढ़े सज्जन ने असी कबड्डी के स्टार खिलाड़ियों का सन्मान लिखिया है इश्तहार के उत्ते सारिया ने पढ़िया मेरे वीर आके अपना मान सन्मान लै लैण सारे परिवारों के जिन्हें जिम्मेवार वीर है वो अपने मान सन्मान लै लैण जगवीत पढ़ाने वाला जस्सा दद्दा होरदा निहाल सिंह खखराणा बबली रामा बची अचरवाल अंग्रेज पोनिया का बिंदरी बघेला काका रामे का लखवीरा बघेला साड़ा वीर ते बग्गा खखराणा रवि झंडियाणा दिक्की हरी राव ते कविकर सिंह जी औगर साहब इन्हां सारे सज्जणां का असीं विशेष सन्मान करना है सो नाल दी नाल अगलिया टीमां ग्राउंड दे विच वांदर रोड ते पोनिया रेडमा ਲੋਪੋ ਤੇ ਡਗਰੂ ਦਾ ਬਹੁਤ ਤਕੜਾ ਮੈਚ ਦਰਸ਼ਕ ਵੀਰੋ ਖੇਡ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ ਇਧਰਲੇ ਬੰਨੇ ਹੁਣ ਦੇਖਦੇ ਵੀ ਕਬੱਡੀ ਡਗਰੂ ਦੀ ਤਰਫੋਂ ਨਾਗਣ ਸਾਹਮਣੇ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਹੁਣ ਵੇਖਦੇ ਵੀ ਮਰਹੂਮ ਕੇਵਲ ਲੋਪੋ ਵਾਲੇ ਦੇ ਪਿੰਡੂ ਨਾਗਣ ਜਿਹੜਾ ਜਾਫੀ ਇਸ ਧਾਵੇ ਨੂੰ ਡੱਕ ਪਾਵੇਗਾ ਨਹੀਂ ਔਰ ਇਸਾਂ ਭਰੀ ਬਗਲ ਲੱਗਿਆ ਜ਼ੋਰ ਦੋਹਾਂ ਖਿਡਾਰੀਆਂ ਦੀ ਤਕੜੀ ਟੱਕਰ ਖੇਡ ਮੈਦਾਨ ਵਿੱਚ ਪੰਜ ਡਗਰੂ ਦੀ ਟੀਮ ਦਾ ਪੰਜ ਧਾਵੀ ਦੇ ਹਿੱਸੇ ਹੈ अगली कबड्डी लो देखते हैं भी लोपो की तरफों पोनिया रेडमा ते वांदर डोड़ दोहों टीम जल्दी तैयारी फिर लैन अगला मैच शिंदर सिंह जी खोसा 100 रुपए का मान भेज के गया बहुत बहुत धन्यवाद चल रही इधरले बन्ने देखते भी नागल सामने लोपो वालों कबड्डी चार जाफी डगरू दे देखांगे हुण किहड़ा जाफी इस धावी नूं डक पावेगा सौखी नहीं कबड्डी खेड़नी पैंदा शरीर नूं पट्ठी विच चुकना लग जांदी जान मित्रो हुंदा सौखा नहीं रेडर नूं रोकना पॉइंट रेडर दे हिस्से है पॉइंट धावी दा अगली कबड्डी नारा बघेले दा लाओ खेड मैदान च कबड्डी पावेगा दूसरे बन्ने देखते भी लोपो के चार जाफी डगरू की तरफों नारा बघेले वाला कबड्डी पा रहा है धरती गिंदरी का पेंड हैलो बार बार असं बोल रहे साढ़े अंतरराष्ट्रीय कबड्डी के स्टार खिलाड़ी बबली रामे वाला काका रामा भाजी प्लीज आके अपना सरवान लै लेने यार प्लीज बेनती है अपना सरवान लै लेना इधर आ गए साढ़े खिलाड़ी भाई अंग्रेज पोनिया रेडमा साड़ी बेनती है बग्गा डॉक्टर जी जे इत्थे है तो अपना बैग लैके सानू ग्राउंड च मिलन बग्गा डॉक्टर मेरा वीर इत्थे है तो अपना बैग लैके सानू ग्राउंड च मिले पोनिया रेडमा ते वांदर डोड़ अगला मैच दोहों टीमों का यह जल्दी नाल दोहों टीमों के खिलाड़ी तैयारी फड़ लैन लोपो की टीम का पॉइंट लोपो के हिस्से है हाँ जी पोनिया रेडमा ते वांदर डोड़ दोहों टीमों जल्दी नाल तैयारी फड़ लैन बग्गा डॉक्टर मेरा वीर जिथे भी आवाज सुनता बैग लैके ग्राउंड के मिले बग्गा डॉक्टर जी चल भी डगरू वाले पक बड़ी बहुत तकड़ा मुकाबला दोहों टीमों का एक बन्ने लोपो की टीम ला दूसरे बन्ने डगरू की टीम खेड मैदान दर्शक वीर दोहों टीमों के दरमियान खेडा जन मुकाबला जी साड़ी बहुत वाला धन्यवाद है अगले मैच दोनों टीम जल्दी खेड के मैदान पहुंचनगियां वंदर डोर ते पोनिया रेडमा का मैच खेडा जाना है उधर साढ़े इकबाल हेर जी मुसाफर कनेडा नाल साढ़े इकबाल हेर जी गोरा डरोली भाई संघा साहब मलकीत सिंह जी संघा कालीए वाले दे मनदीप दे लई आने वाले समय दे लई कबड्डी कप के एल सी डी जी मान सम्मान करेंगे आप धन्यवाद करांगे हेलो लो बघेले वाले दे नारे लई साडा कबड्डी खिलाड़ी सुखदेव माणा 100 रुपया नाम दे के गया 100 रुपया लाडी पंदेर कनेडा सोसण ते बंटी सिखों 100 रुपया मान मेरे बोला तो खुचो के देके गए ने 100 रुपया नारे बघेले दे लई सुखदेव माणे वल्लों लाओ इधरले बन्ने फिर लोपो दी कबड्डी दूसरे बन्ने वेखांगे भी नाजन डकू दा शर्ट छोटा गया की गल नहीं विच रबियां दी टाके पेंदे कौडी खेड पंजाबियां दी पॉइंट जाफी दा पॉइंट जाफी दे हिस्से है बहुत ही तगड़ा मैच दर्शक वीरो खेडिया जा रहा खेड दे मैदान विच बघेले वाले का नारा गुरजीत सिंह अगली कबड्डी पाने के लिए तैयारी करता हुआ कि मित्रां दे तित्रां नूं मैं तलियां ते चोग चगावां
ਲੈ ਵੀ ਬਾਈ ਸੈੱਟ ਕਰ ਦੇ ਨੂੰ ਤੇਰਾ ਬਹੁਤ ਵੱਡਾ ਧੰਨਵਾਦ ਹੈ। ਵਿਸਲ ਬੰਦ ਕਰ ਦੇ ਉਧਰ ਪੰਜਾਬ ਲਾਈਵਨ ਦੀ ਟੀਮ ਦਾ ਬਹੁਤ ਵੱਡਾ ਧੰਨਵਾਦ ਕਰਾਂਗੇ। ਕੋਈ ਰਹਿੰਦੀ ਤੇ ਕਬੱਡੀ ਪਵਾ ਦਿਓ ਮੇਰੇ ਬਾਈ, ਨਹੀਂ ਤੇ ਮੈਂ ਅਗਲੀਆਂ ਟੀਮਾਂ ਨੂੰ ਗਰਾਊਂਡ ਦੇ ਵਿੱਚ ਸੱਦਾਂਗਾ। ਵੰਦਰ ਡੋੜ ਤੇ ਪੋਨੀਆਂ ਰੇੜਮਾਂ ਦਾ ਮੈਚ ਖੇਡਿਆ ਜਾਣਾ ਹੈ ਖੇਡ ਦੇ ਮੈਦਾਨ ਵਿੱਚ। ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ ਮਹਲਾ ਕਲਾਂ ਤੇ ਭਾਗਪੁਰ ਗਗੜਾ ਵਕੀਲਾਂ ਵਾਲਾ ਤੇ ਰੱਜੀਆ ਦੀ ਡਾਂਗ ਉੱਠਣੀ ਹੈ। ਇਹ ਵੀ ਟੀਮਾਂ ਆਪਣੀ ਤਿਆਰੀ ਕਰ ਲੈਣ ਅਗਲੇ ਮੈਚਾਂ ਦੇ ਲਈ। ਸਾਰੀਆਂ ਟੀਮਾਂ ਨੂੰ ਸੱਦਾ ਦੇਵਾਂਗੇ ਆਪਾਂ। ਸਟੂਡੀਓ ਵਾਲਾ ਸੇਖ ਸੰਧੂ ਸੇਵਾ ਭਲੂਰ ਵਾਲਾ ਆਪਣੀ ਗੱਡੀ ਦੇ ਕੋਲੇ ਚਲਾ ਜਾਵੇ। ਚੱਲ ਵੀ ਪੁੱਤਰਾ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ। ਉਧਰ ਦੇਖਾਂਗੇ ਸਾਹਮਣੇ ਨੌਜਵਾਨ ਵਕੀਲੇ ਵਾਲੇ ਦੀ ਧਰਤੀ ਦਾ ਨਾਰਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਥੋੜਾ ਜਿਹਾ ਝੁੱਕਿਆ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਵਿੱਚ। ਪਰ ਦੂਸਰੇ ਪਾਸੇ ਨੌਜਵਾਨ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਮਾਨਕ ਚੰਦਾਂ ਦੀ ਧਰਤੀ ਦਾ। ਲਓ ਸਾਹਮਣੇ ਹਿੱਕ ਦੇ ਜ਼ੋਰ ਦੀਆਂ ਗੱਲਾਂ ਦੇਖ ਸੋੜੀਏ ਖੜਕੇ, ਹਿੱਕ ਦੇ ਜ਼ੋਰ ਦੀਆਂ। ਲਓ ਮਾਨਕ ਚੰਦ ਪੁਰਾਣੇ ਦੀ ਧਰਤੀ ਦਾ ਲਾਜਫਾ ਨਾਰ ਸਿਗਨੋ ਆਪਣੀ ਟੀਮ ਦੇ ਹਿੱਸੇ ਨੰਬਰ ਜੋੜਦਾ ਹੋਇਆ। ਚੱਲ ਵੀ ਰਾਜਵਾਨਾ ਪਾ ਕਬੱਡੀ। ਲਓ ਰਸੂਲਪੁਰੀ ਆ ਲੁਧਿਆਣੇ ਵਾਲਾ ਲਾਬੀ ਗਗੜੇ ਵਾਲਿਆ ਪੁੱਤ ਸਵਾਦ ਆ ਜੂ ਤੇ ਇਸ ਮੁੰਡੇ ਨੂੰ ਫੜ ਕੇ ਇਸ ਨੌਜਵਾਨ ਦੀ ਹਿੱਕ ਦੇ ਉੱਤੇ ਬਹਿੰਦੇ ਆ ਤੇ ਸਵਾਦ ਵੱਖਰਾ ਆਉਣਾ ਹੈ। ਲਓ ਸਾਹਮਣੇ ਚਾਰ ਜਾਫੀ ਹੈ ਸਾਹਮਣੇ ਖੇਡ ਦੇ ਮੈਦਾਨ ਵਿੱਚ ਆਪਾਂ ਤੱਕਾਂਗੇ। ਇੱਕ ਪਾਸੇ ਫੇਰ ਉਹੀ ਹੈਪੀ ਘੋਡਿਆਲ ਦੀ ਧਰਤੀ ਦਾ ਨਹੀਂ ਡੱਕ ਸਕਿਆ। ਚੱਲ ਵੀ ਪੁੱਤਰਾ ਅਮਨ ਪਾ ਕਬੱਡੀ। ਪਾਣੀ ਗਰਾਊਂਡ ਦੇ ਵਿੱਚ ਭਾਜੀ ਪੁੱਜਦਾ ਕਰ ਦਿਓ, ਪਾਣੀ ਗਰਾਊਂਡ ਦੇ ਪੁੱਜਦਾ ਕਰ ਦਿਓ। ਬਹੁਤ ਵੱਡਾ ਧੰਨਵਾਦ ਕਰਾਂਗੇ ਬਾਬਾ ਸ਼ਿੰਦਰ ਸਿੰਘ ਜੀ ਹਰਦਾਸੇ ਵਾਲੇ। ਲਓ ਇੱਧਰ ਦੇਖੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਦੀ ਪਾਈ ਹੋਈ ਕਬੱਡੀ। ਇਹ ਆ ਜਲੌਰ ਸਿੰਘ ਦਾ ਪੁੱਤਰ, ਰੰਦੀਪੁਰ ਦੇ ਗੋਪੀ ਦੇ ਉੱਤੇ ਮੁੰਡੇ ਨੇ ਚੜ ਚੜ ਕੇ ਕਬੱਡੀਆਂ ਪਾਈਆਂ। ਮਾਣੇ ਵਾਲੇ ਕਬੱਡੀ ਕਰਦੇ ਹਾਂਜੀ, ਜਲਦੀ ਨਾਲ ਬੱਗਾ ਡਾਕਟਰ ਜੀ ਮਿਲਣ ਸਾਨੂੰ ਸਟੇਜ ਦੇ ਸਾਹਮਣੇ। ਬੱਗਾ ਡਾਕਟਰ ਜੀ ਬੇਨਤੀ, ਆਪਣਾ ਬੈਗ ਲੈ ਕੇ ਸਾਡੇ ਨਾਲ ਸੰਪਰਕ ਕਰ ਲੈਣ ਮੇਰਾ ਵੀਰ ਬੱਗਾ ਡਾਕਟਰ। ਇੱਧਰਲੇ ਬੰਨੇ ਰਸੂਲਪੁਰੀਏ ਦੀ ਕਬੱਡੀ, ਲੋਪੋ ਤੇ ਡਗਰੂ ਦੋਹਾਂ ਦੀ ਡਗਰੀ ਟੱਕਰ। ਦਰਸ਼ਕ ਵੀਰੋ ਸਾਹਮਣੇ ਵੇਖਦੇ ਵੀ ਰਸੂਲਪੁਰ ਦਾ ਨੌਜਵਾਨ ਸਾਹਮਣੇ ਅਸਤ ਕਬੱਡੀ ਲੋਪੋ ਦੇ ਲਈ ਖੇਡ ਮੈਦਾਨ ਚ ਪਾ ਰਿਹਾ ਡਗਰੂ ਦੇ ਚਾਰ ਜਾਫੀ। ਹੁਣ ਦੇਖਾਂਗੇ ਕਿਹੜਾ ਛੀਣੀ ਮਾਂ ਦਾ ਸ਼ੇਰ ਇਸ ਧਾਵੀ ਨੂੰ ਡੱਕ ਪਾਵੇਗਾ। ਤੁਹਾਡੇ ਟਿੱਡ ਦੇ ਹਿੱਸੇ ਹੈ ਬਾਂਦਰ ਡੋੜ ਤੇ ਪੁੰਨੀਆਂ ਰੇੜਵਾਂ ਜਲਦੀ ਹੋਣ। ਹਾਂਜੀ ਹੈਲੋ, ਡਾਕਟਰ ਬੱਗੇ ਕੋਲ ਬੈਗ ਹੈ, ਬੈਗ ਡੱਗਾ ਵਾ ਬੱਗਾ ਸਾਡੇ ਕੋਲ ਬੈਠਾ ਵਾ, ਬੈਗ ਕਿਹੜੇ ਕੋਲ ਬਾਈ? ਡਾਕਟਰ ਕੋਲ ਬੈਗ ਹੈ ਨੀ, ਉਹ ਸਾਡੇ ਕੋਲ ਇੱਥੇ ਬੈਠਾ। ਹਾਂਜੀ, ਅਗਰ ਚਾਂਬੀ ਵੀ ਪੂਰਾ ਪਿਆਰ ਦੇ ਰਿਹਾ ਆਪਣੇ ਖਿਡਾਰੀਆਂ ਨੂੰ। ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਅਮਨ ਸੰਧੂ ਤਿਪ ਤਿਪ ਚੋਵੇ ਬੁੜਕਾ ਮੁੰਡਾ ਸੋਹਣਾ ਨੀ ਕਬੱਡੀਆਂ ਪਾਵੇ। ਤਿਪ ਤਿਪ ਚੋਵੇ ਬੁੜਕਾ ਬਾਡੀ ਬੜਦੀ ਮਰੱਬਿਆਂ ਵਾਲੀ। ਉਧਰ ਗੁਰਚਰਨ ਸਿੰਘ ਜੀ ਫਸਲਾਂ ਵੀ ਪੱਕ ਚੁੱਕੀਆਂ ਕਿ ਆਈ ਵਿਸਾਖੀ, ਪੈਰ ਥੜਕਦੇ ਨੱਚਣੇ ਨੂੰ ਜੀ ਕਰਦਾ, ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਧਾ ਹੈ ਕਿਉਂ ਕਰਦਾ, ਕੱਢਣਾ ਪਸੀਨੇ ਵਿੱਚ ਦੀ। ਦੱਸ ਵੀ ਬਾਈ ਕਿਹੜੀ ਟੀਮ ਜਿੱਤ ਗਈ ਹੈ ਇਸ ਮੁਕਾਬਲੇ ਦੇ ਵਿੱਚ, ਦੱਸਿਆ ਜਾਵੇ ਕਿਹੜੀ ਟੀਮ ਜੇਤੂ ਹੈ। ਇਸ ਤੋਂ ਅੱਗੇ ਜਿਹੜਾ ਮੈਚ ਖੇਡਿਆ ਜਾਣਾ ਹੈ ਖੇਡ ਦੇ ਮੈਦਾਨ ਵਿੱਚ, ਵਾਂਦਰ ਡੋੜ ਤੇ ਪੋਨੀਆਂ ਰੇੜਵਾਂ, ਮਾਈਕ ਦੇ ਉੱਤੇ ਬੂਟਾ ਉਮਰੀ ਆਣਾ ਤੇ ਨਾਲ ਸਾਡਾ ਵੀਰ ਜਸਵਿੰਦਰ ਆਸਾ ਵਟਰਾਉਣਗੇ। ਇਹਨਾਂ ਨੂੰ ਆਪਾਂ ਸੱਦਾ ਦੇਵਾਂਗੇ, ਅਗਲੀ ਗੱਲ ਇਹ ਕਰਨਗੇ ਸਾਡੇ ਵੀਰ। ਸਾਡੇ 15 ਜਾਂ 16 ਤੇ ਸਾਰੇ ਮੈਚ ਕਰਾਉਣੇ ਹੈ ਡਾਕਟਰ, ਇਹ ਸਾਡੇ ਵੀਰ ਡੋਰ ਕਲਰ। ਹਾਂਜੀ ਭਾਜੀ, ਡਾਕਟਰ ਦੱਸੋ ਮੈਂ ਕਿਹੜਾ ਜਿੱਤੇ ਟੀਮ ਹੈ ਡਾਕਟਰ ਸਾਹਿਬ? ਡਗਰੂ ਜਿੱਤ ਗਈ ਜੀ ਇਸ ਮੈਚ ਦੇ ਵਿੱਚੋਂ। ਆ ਵੀ ਗੱਲ ਪਿੰਡ ਵਾਲਿਆ ਦੱਸ, ਦਰਸ਼ਕ ਵੀਰੋ ਜੇ ਸਵਾਦ ਆਇਆ ਤੇ ਕੋਈ ਤਾੜੀ ਮਾਰ ਦਿਓ ਖੁੱਲ ਕੇ, ਜੇ ਸਵਾਦ ਆਇਆ ਤੇ ਪ੍ਰਬੰਧ ਕਮੇਟੀ ਦੇ ਨਾਂ ਤੇ ਤਾੜੀ ਮਾਰ ਦਿਓ। ਸਾਡਾ ਵੀਰ ਗੁਰਤੇਜ ਸਿੰਘ ਜੀ ਤੇਜ, ਅੰਗਰੇਜ਼ ਸਿੰਘ ਜੀ ਬੁੱਲੇ ਨੂੰ ਮਿਲ ਲਵੇ ਉਧਰਲੇ ਬੰਨੇ, ਸੁੱਖਾ ਸੇਖਮਾਂ ਦਾ ਸਾਡਾ ਪਰਮਿੱਤਰ ਜ਼ਿੰਦਗੀ ਦਾ ਯਾਰ, ਸਾਨੂੰ ਫਕਰ ਦੋਸਤਾਂ ਤੇ ਹੁੰਦੇ ਯਾਰੀ ਸਾਡੀ ਦੇ ਚਰਚੇ, ਰਾਜੇ ਖੇਲੇ ਸਾਹ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ। ਵਾਂਦਰ ਰੋਡ ਵਾਸਤੇ ਪੋਨੀਆਂ ਰੇੜਮਾਂ ਦੇ ਦਰਮਿਆਨ ਕਬੱਡੀ ਦਾ ਮੈਚ ਹੋਣ ਜਾ ਰਿਹਾ ਹੈ। ਮਾਲਾ ਕਲਾਂ ਦੇ ਗਗੜਾ, ਵਕੀਲਾਂ ਵਾਲਾ ਤੇ ਰੱਜੀ ਵਾਲਾ, ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਕਬੱਡੀ ਦੇ ਗਰਾਊਂਡ ਦੇ ਖੇਡਣਗੀਆਂ। ਜਿਹੜੇ ਮਾਇਆ ਦੇ ਗੱਫੇ ਉਹ ਖਿਡਾਰੀਆਂ ਤੱਕ ਪੁੱਜਦੇ ਕਰ ਦਿਓ, ਸਾਡੀ ਪ੍ਰਬੰਧ ਕਮੇਟੀ ਦੇ ਕੋਲ ਹੈ। ਲੈ ਵੀ ਭੈਣੀ ਵਾਲਿਆ ਵਿਸਲ ਮਾਰ ਕੇ ਮੈਚ ਸ਼ੁਰੂ ਕਰਾ ਦੇ। ਉਧਰਲੇ ਬੰਨੇ ਲਾਈਟਾਂ ਵਾਲੇ ਵੀਰ ਦਾ ਧੰਨਵਾਦ ਐਨ ਕੀੜੀ ਤੁਰੀ ਜਾਂਦੀ ਦੀਂਦੀ ਆ ਮੁਕਸਰੀਆ ਕਬੱਡੀ ਦੇ ਗਰਾਊਂਡ ਵਿੱਚ। ਲਓ ਦੋ ਟੀਮਾਂ ਦੇ ਦਰਮਿਆਨ ਬਾਂਦਰ ਡੋਰ ਦੀ ਜਿਹੜੀ ਟੀਮ ਪੁੱਜ ਗਈ ਆਪਾਂ ਗਰਾਊਂਡ ਦੇ ਤੱਕ ਰਹੇ ਹਾਂ।
ਇਹ ਬਿਲਕੁਲ ਜੀ ਟੀ ਰੋਡ ਵਾਲੀ ਸਾਈਡ ਪੋਨੀਆ ਰੇੜਮਾ ਦੀ ਟੀਮ ਜਿਹੜੀ ਕਹਿੰਦੇ ਸ਼ਾਹਕੋਟ ਦੇ ਏਰੀਏ ਦੇ ਵਿੱਚੋਂ ਪੁੱਜੀ ਹੋਈ ਹੈ। ਲੈ ਕਰ ਵੀ ਗੱਲ ਨੌਜਵਾਨਾਂ ਪੈਂਦੀ ਹੋਈ ਕਬੱਡੀ ਦੀ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਤੇ ਸੀਟ ਉੱਤੇ ਬਹਿ ਜਾ। ਨਵਾਂ ਲਾ ਲਿਆ ਟਰੱਕ ਤੇਰੇ ਯਾਰ ਨੇ ਜਿਵੇਂ ਕਹਿੰਦੇ ਨੇ ਵੀ ਅੱਜ ਸੀਟ ਉੱਤੇ ਬਹਿਣ ਦੀਆਂ ਗੱਲਾਂ ਕਰੇਗਾ ਨਾਊਰ ਪੋਨੀਆ ਰੇੜਮਾ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਔਰ ਅੰਕ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ। ਪੋਨੀਆ ਰੇੜਮਾ ਦੇ ਅੰਗਰੇਜ਼ ਦੇ ਨਾਲ ਸੋਨੇ ਖੁਖਰਾਣੇ ਵਾਲੇ ਦਾ ਭਰਾਵਾਂ ਤੋਂ ਵੱਧ ਕੇ ਪਿਆਰਾ ਹੈ। ਜਿਵੇਂ ਕਹਿੰਦੇ ਨੇ ਸੋਨਾ ਖੁਖਰਾਣਾ ਤੇ ਅੰਗਰੇਜ਼ ਪੋਨੀਆ, ਇਹਨਾਂ ਦਾ ਭਰਾਵਾਂ ਵਾਲਾ ਪਿਆਰਾ ਦੋਨਾਂ ਖਿਡਾਰੀਆਂ ਦਾ। ਭਰਾਵਾਂ ਵਾਲਾ ਸੋਨੇ ਹੋਰਾਂ ਦੇ ਸੱਦੇ ਤੇ ਪੁੱਜਿਆ ਹੈ। ਉਧਰ ਖਾਈ ਪਿੰਡਾ ਹੈ ਮੀਤ ਦਾ। ਮੀਤ ਕਹਿੰਦੇ ਨੇ ਬੁਲਟ ਮੋਟਰਸਾਈਕਲਾਂ ਦਾ ਮਾਨ ਸਨਮਾਨ ਮਿਲਿਆ ਜਿਸ ਖਿਡਾਰੀ ਨੂੰ। ਉਧਰ ਕਾਬਲ ਗਿੱਲ ਯੂਐਸਏ ਵਾਲੇ ਵੱਲੋਂ ਨਾਲ ਮਿਰਦੋ, ਜਿਵੇਂ ਕਹਿੰਦੇ ਨੇ ਵੀ ਰਾਜਾ ਸਾਡਾ ਬਹੁਤ ਹੀ ਜਲਾ ਧੂੜਕੋਟੀਆ ਪਿਆਰਾ ਵੀਰ ਉਹਨਾਂ ਦੇ ਵੱਲੋਂ ਆਹ ਸੁਣਾਓ ਜੀ ਉਹਨੂੰ। ਆਜ਼ਾਦ ਕਬੱਡੀ ਕਲੱਬ ਘੱਲ ਕਲਾ ਮਿੰਟਨ ਦੇ ਲਈ ਖੇਡਦਾ ਹੈ। ਅੰਕ ਲੈ ਕੇ ਭੱਜਦਾ ਹੋਇਆ ਬਾਇਕ ਤੇ ਬੂਟਾ ਪੂਨੀਆ ਰੇੜਮਾ ਪਿੰਡ ਦੀ ਧਰਤੀ। ਅੰਗਰੇਜ਼ ਜਿਵੇਂ ਕਬੱਡੀ ਦਾ ਮਹਾਨ ਹੈ, ਉਸੇ ਤਰ੍ਹਾਂ ਗੁਰਮੇਲ ਮਿਲਜੋ ਹਰਮੇਲ ਪੂਨੀਆ ਵਾਲਾ ਵੀ ਕਬੱਡੀ ਦਾ ਹੀਰੋ ਹੈ। ਤਾਂ ਸਰਦਾਰ ਦੀ ਪਾਈ ਹੋਈ ਕਬੱਡੀ। ਉਧਰਲੇ ਬੰਨੇ ਹਲਕੀ ਜੀ ਚੋਟ ਇਹ ਨੌਜਵਾਨ ਖਿਡਾਰੀ ਦੇ ਆਈ ਹੈ, ਕਿਉਂਕਿ ਪਹਿਲਾਂ ਵੀ ਚੰਦਾ ਵਾਲੇ ਦੇ ਚੋਟ ਲੱਗੀ ਸੀ ਮੇਰੇ ਵੀਰ, ਤੇ ਹੁਣ ਵੀ ਹਲਕੀ ਜੀ ਚੋਟ ਜਿਹੜੀ ਇਸ ਨੌਜਵਾਨ ਆਪਣੀ ਮਹਿਸੂਸ ਕਰ ਰਿਹਾ। ਲਾਹਣ ਡੰਡ ਤੇ ਚੱਕਣ ਬੇਟ ਵੱਜੇ ਨਾ ਕਿਸੇ ਖਿਡਾਰੀ ਦੇ ਸੱਟ ਪੇਟ, ਰਹਿਣ ਨਸ਼ਿਆਂ ਤੋਂ ਦੂਰ, ਕਰਨ ਸਰੀਰ ਦੀ ਕੇਅਰ ਮਾਲਕਾ, ਰੱਖੀ ਤੂੰ ਖਿਡਾਰੀਆਂ ਤੇ ਮੇਰ ਮਾਲਕਾ, ਰੱਖੀ ਤੂੰ ਪਲੇਅਰਾਂ ਉੱਤੇ ਮੇਰ ਮਾਲਕਾ। ਇਧਰਲੇ ਪਾਸੇ ਸਰਾਵਾਂ ਪੈਂਦਾ ਅਮਨ ਦਾ, ਅਮਨ ਧਰਲੇਦਾਰ ਖਿਡਾਰੀ ਹੈ ਔਰ ਕੱਢ ਕੇ ਬਗਾਨਾ ਪੁੱਤ ਮੱਖਣ ਜੋ ਵਾਲ ਦੀ ਤਰ੍ਹਾਂ। ਹਰਵਿੰਦਰ ਸੇਖੋ ਬਾਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਸਾਈਡ ਤੋਂ ਕੇ ਬਹਿ ਜਾ ਕਰੋ, ਪਤਾ ਨਹੀਂ ਕਿਹੜਾ ਮੌਕੇ ਕਿੰਨਾ ਕੋ ਧੱਕਾ ਲਾ ਕੇ ਬਾਹਰ ਕੱਢ ਦੇਣ। ਉਧਰਲੇ ਪਾਸੇ ਬੜਾ ਯਾਦ ਆਉਂਦਾ ਸਾਨੂੰ ਸਾਡੇ ਤਾਇਆ ਜੀ ਬਾਪੂ ਘੰਮਾ ਜੀ ਔਰ ਉਹਦੇ ਬੇਅੰਤ ਦੇ ਪਾਪਾ ਜੀ। ਕਹਿੰਦੇ ਨੇ ਵੱਡੇ ਦਰਸ਼ਕਾਂ ਦੇ ਵਿੱਚੋਂ ਸ਼ੁਮਾਰ ਹੁੰਦੇ ਸਨ, ਅੱਜ ਘਾਟਾ ਬੜਾ ਰੜਕਦੀਆਂ ਔਰ ਬਾਪੂ ਘੰਮਾ ਜੀ ਦੀਆਂ ਬਹੁਤ ਘਾਟਾ ਰੜਕਦੀਆਂ ਨੇ। ਉਧਰਲੇ ਬੰਨੇ ਹਰਨੇਕ ਸਿੰਘ ਜੀ ਸਾਡਾ ਸਿੰਘ ਵਾਲਾ ਗੁਰਮੇਲ ਨੂੰ ਮਿਲਣ, ਮੇਰੇ ਵੀਰ ਗੇਲੇ ਸੱਦੇ ਵਾਲੀਆਂ ਨੂੰ ਮਿਲਣ। ਕਹਿੰਦੇ ਬੀਨਾ ਸਾਹਿਬ ਦੀ ਧਰਤੀ ਜਿੱਥੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ 3 ਮਹੀਨੇ 10 ਦਿਨ ਬੈਠ ਕੇ ਤਪੱਸਿਆ ਕੀਤੀ ਤੇ ਔਰੰਗਜ਼ੇਬ ਨੂੰ ਇੱਕ ਜ਼ਫਰਨਾਮਾ ਲਿਖਿਆ। ਇਹ ਨੌਜਵਾਨ ਉਸੇ ਏਰੀਏ ਦਾ ਤੇ ਦੂਸਰੇ ਬੰਨੇ ਕਹਿੰਦੇ ਸ਼ਾਹਕੋਟ ਦਾ ਏਰੀਆ ਲਓ ਕਬੱਡੀ ਦੇ ਗਰਾਊਂਡ ਵਿੱਚ ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮਰਾਦਾ ਵਾਲਾ ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੁੜਕੇ ਵਾਲਾ ਮਾਨਾ ਮੁਰਸ਼ਦ ਲੋਕਾਂ ਦਾ ਘਰ ਲੱਭਦਾ ਨਹੀਂ ਸਖਾਲਾ ਮਰ ਜਾਣੇ ਨੂੰ ਮਾਨ ਬਖਸ਼ ਕੇ ਲਾਡੀ ਸ਼ਾਹ ਇਹ ਕਹਿੰਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ। ਅੱਜ ਕਬੱਡੀ ਦੇ ਇਸ਼ਕ ਦਾ ਗਿੜਦਾ ਦਰਸ਼ਕਾਂ ਦੇ ਫਿਰ ਚੜ ਕੇ ਬੋਲਦਾ ਹੈ। ਐਵੇਂ ਨੀ ਇਹ ਦੂਰੋਂ ਦੂਰੋਂ ਆਏ ਬੜੇ ਭੁੱਖੇ ਤੇ ਦਿਹਾਏ ਦੇਖ ਕੇ ਕਬੱਡੀ ਨੂੰ ਨਾ ਇਹਨਾਂ ਨੂੰ ਅੱਜ ਕਿਸੇ ਗੱਲ ਦੀ ਘਾਟ ਰੜ ਕੇ ਯਾਰੋ ਬੋਲਦਾ ਕਬੱਡੀ ਦਾ ਜਨੂਨ ਪੰਜਾਬੀਆਂ ਦੇ ਸਿਰ ਚੜ ਕੇ ਯਾਰੋ ਬੋਲਦਾ ਕਬੱਡੀ ਦਾ ਜਨੂਨ ਪੰਜਾਬੀਆਂ ਦੇ ਸਿਰ ਚੜ ਕੇ। ਕਾਉਡੀ ਦੇ ਮੈਦਾਨ ਦੇ ਵਿੱਚ ਸ਼ਰਾਵਾਂ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਏਰੀਏ ਦਾ ਖਿਡਾਰੀ ਕਾਉਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰ ਦਲਜੀਤ ਸੇਖੋ ਲਵਜੀਤ ਸੇਖੋ ਜਗਸੀਰ ਧਾਲੀਵਾਲ ਜਿੰਦੂ ਸੇਖੋ ਸੁਖਪ੍ਰੀਤ ਕਨੇਡਾ ਦਲਵੀਰ ਕਨੇਡਾ ਧਰਮਪਾਲ ਧਾਲੀਵਾਲ 56 ਕਿਲੋ ਵਰਗ ਦਾ ਫਸਟ ਪ੍ਰਾਈਜ਼ ਤੇ ਓਪਨ ਵਰਗ ਦੇ ਜਿਵੇਂ ਕਹਿੰਦੇ ਨੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ ਇਹਨਾਂ ਦੇ ਵੱਲੋਂ। ਧੰਨਵਾਦ ਹੀ ਕਰਦੇ ਹਾਂ ਨਾਲ ਗੁਰਜੀਤ ਯੂਕੇ ਸਤਵਿੰਦਰ ਸਿੰਘ ਸੁਖਜਿੰਦਰ ਕਨੇਡਾ ਹਰਵਿੰਦਰ ਸੇਖੋ ਡਾਕਟਰ ਬੇਅੰਤ ਸਿੰਘ ਨਾਲ ਰਣਜੀਤ ਸਿੰਘ ਜੀ ਪ੍ਰਧਾਨ ਹਰਨੇਕ ਸਿੰਘ ਜੀ ਪ੍ਰਧਾਨ ਹਰਨੇਕ ਸਿੰਘ ਖਜਾਨਚੀ ਗੁਰਜੀਤ ਸਿੰਘ ਧਾਲੀਵਾਲ ਮਨਜਿੰਦਰ ਸਿੰਘ ਦਲਜੀਤ ਸਿੰਘ ਹਰਵਿੰਦਰ ਸਿੰਘ ਸੇਖੋ ਲਵਜੀਤ ਸਿੰਘ ਜੀ ਸੇਖੋ ਜਗਰੂਪ ਸਿੰਘ ਜੀ ਸੇਖੋ ਗੁਰਦੀਪ ਸਿੰਘ ਪੁਰਬਾ ਨਾਲ ਰਾਜਦੀਪ ਸਿੰਘ ਸਿੱਧੂ ਤੇ ਨਾਲ ਜਗਸੀਰ ਸਿੰਘ ਧਾਲੀਵਾਲ ਤੇ ਨਛੱਤਰ ਸਿੰਘ ਸੈਕਟਰੀ ਨਾਲ ਕੁਲਦੀਪ ਮਾਸਟਰ ਤੇ ਦੀਪ ਵਪਾਰੀ ਜੀ ਨਿਰਪੈ ਸੇਖੋ ਜੀ ਸਾਰੇ ਵੀਰਾਂ ਦਾ ਧੰਨਵਾਦ। ਮਾਲਾ ਗਲਾਂ ਤੇ ਗਗੜਾ ਪਹੁੰਚੋ ਜੀ ਮਾਲਾ ਗਲਾਂ ਤੇ ਗਗੜਾ ਬੱਗਾ ਡਾਕਟਰ ਜਿੱਥੇ ਵੀ ਆਵਾਜ਼ ਸੁਣਨਾ ਕਿਰਪਾ ਕਰਕੇ ਥੱਲੇ ਆ ਜਾਓ ਕਿਉਂਕਿ ਦੇ ਗਰਾਊਂਡ ਚ ਗੁੜ ਫੜ ਬੈਠਾ ਹੈ। ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਕ ਦੀ ਰਮਜਣਾ ਕੋਈ ਵੀ ਵੈਦਾ ਮੇਰੀ ਬਾਂਹ ਛੱਡ ਦੇ। ਇਹ ਹੈ ਕਬੱਡੀ ਦਾ ਜਾਲਮ ਜਾਫੀ ਪੋਨੀਆ ਵਾਲਾ। ਉਧਰਲੇ ਬੰਨੇ ਮਾਲਾ ਗਲਾਂ ਤੇ ਗਗੜੇ ਦੀ ਟੀਮ ਕਬੱਡੀ ਦੇ ਗਰਾਊਂਡ ਵਿੱਚ ਪੁੱਜੂਗੀ ਕਿਰਪਾ ਕਰਕੇ। ਇੱਕ ਬੰਨੇ ਦੁਆਬਾ ਤੇ ਦੂਸਰੇ ਬੰਨੇ ਆਪਾਂ ਤੱਕ ਰਹੇ ਮਾਲਵਾ। ਜਿੰਦਮਾਈ ਜੇ ਚੱਲਿਓ ਸੰਗਰੂਰ ਉੱਥੋਂ ਘੱਗਰਾ ਲਿਆਈ ਜ਼ਰੂਰ ਕਿ ਜਿੰਦਮਾਈ ਜੇ ਚੱਲਿਓ ਸੰਗਰੂਰ। ਸਾਡਾ ਨਾ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ। ਵਾਹ ਫਰੀਦਕੋਟ ਜ਼ਿਲ੍ਹੇ ਵਾਲੇ ਨਾਲੀਓ ਨੇ ਕਮਾਲ ਕਰ ਦਿੱਤੀ। ਅੰਕ ਜਿਹੜਾ ਧਾਵੀ ਦੇ ਖਾਤੇ ਅੰਕ ਰੇਡਰ ਦੇ ਖਾਤੇ। ਉਧਰਲੇ ਪਾਸੇ
चंद्रमा जी जिवें कहिंदे ने भी आसमान उत्ते बिल्कुल अपनी दूधिया रोशनी बखेरदा होया आसमान तो धरती दे वल पर इधरले पासे कबड्डी की रोशनी धरती तो आसमान दे वल जा रही है और पूरी दुनिया दे विच पंजाब लाइव नंबर वन दिखा रहा वीर इन्हों का धन्यवाद है इन्हों की वैबसाइट की बड़ी कमालियत है और दुनिया भर के इन्हों की वैबसाइट के जो चर्चे ने यार बहुत टॉप का प्रोग्राम दुनिया भर के लाइव टेलीकास्ट कर रहा कबड्डी का सरदार कबड्डी पा रहा शिंदरपाल हरदासे वाला पानी कहते पानी की सेवा निभा रहा है यह दसन पिता की साझी हुई काम राज रोया मजदूर ने ता मारी कंध गारे की ढिलके जान लगी इटा कहदियां सन सानू ना लायो ਤੇਸੀ ਉਹਨਾਂ ਦੇ ਬੰਨੇ ਉਡਾਣ ਲੱਗੀ ਕਿ ਭੱਜ ਜਾਇਓ ਜੇ ਭੱਜ ਜਲਾਦ ਆਇਆ ਕਿ ਮਾਂ ਗੁਜਰੀ ਨੂੰ ਕਹਿਣ ਲੱਗਾ ਕਿ ਜਿਹੜਾ ਜੋੜਾ ਮਸੂਮਾਂ ਦਾ ਰਹਿ ਗਿਆ ਸੀ ਮੈਨੂੰ ਲੱਗਦਾ ਵੀ ਨਹੀਂ ਰਹਿਣ ਲੱਗਾ ਉੱਠ ਕੇ ਵੇਖ ਮਾਏ ਭੋਲੀਏ ਤੇਰੇ ਬੇਟੇ ਦੇ ਬੇਟੇ ਜਾ ਰਹੇ ਨੇ ਜਿਨ੍ਹਾਂ ਨੂੰ ਇੱਟਾਂ ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸੈਂ ਅੱਜ ਇੱਟਾਂ ਵਿੱਚ ਚਨਵਾਏ ਜਾ ਰਹੇ ਨੇ ਇੱਟਾਂ ਵਿੱਚ ਚਨਵਾਏ ਜਾ ਰਹੇ ਨੇ ਉਧਰ ਪਿੰਡਾ ਕਬੱਡੀ ਦਾ ਪਲੇਅਰ ਮੇਰੇ ਨੂੰ 56 ਕਿਲੋ ਵਰਗ ਦਾ ਟੌਪ ਦਾ ਬੋਲਾ ਤੋਂ ਖੁਸ਼ ਹੋ ਕੇ ਵੱਡੇ ਮਾਣ ਸਨਮਾਨ ਪਹੁੰਚਦੇ ਕਰ ਗਿਆ ਬੇਅੰਤ ਸਾਡਾ ਯਾਰ ਹੈ ਜੁੰਡੀ ਦਾ ਉਹਦਾ ਧੰਨਵਾਦ ਕਰਦੇ ਬਾਪੂ ਘਾਮਾ ਜੀ ਦਾ ਪੁੱਤਰ ਔਰ ਇਧਰਲੇ ਪਾਸੇ ਖਾਈ ਵਾਲਾ ਡੱਕਿਆ ਗਿਆ ਯਾਰ ਆਰੀਆਂ ਟੀਮਾਂ ਧੁੜ ਵਾਲਿਆ ਮਾਲਾ ਤੇ ਗਗੜੇ ਦਾ ਅਗਲਾ ਮੈਚ ਕਬੱਡੀ ਦੇ ਗਰਾਊਂਡ ਵਿੱਚ ਖੇਡਿਆ ਜਾਣਾ ਹੈ ਇੱਕ ਬੰਨੇ ਮੰਗੀ ਦੇ ਏਰੀਏ ਦਾ ਖਿਡਾਰੀ ਕਬੱਡੀ ਪਾ ਰਿਹਾ ਹੈ ਉਧਰਲੇ ਬੰਨੇ ਸਰਾਵਾਂ ਦੇ ਸੁਖਵੀਰ ਦਾ ਪਿੰਡੂ ਕਬੱਡੀ ਪਾ ਰਿਹਾ ਕਬੱਡੀ ਦੇ ਗਰਾਊਂਡ ਵਿੱਚ ਇੰਡੀਆ ਦੀ ਟੀਮ ਨੇ ਕੈਨੇਡਾ ਦੀ ਟੀਮ ਨੂੰ ਝੰਡੀ ਨਹੀਂ ਕੱਢਣ ਦਿੱਤੀ ਤਾਵੇ ਬੋਲੇ ਸੁਖਵੀਰ ਤੇ ਗੁਰਲਾਲ ਨੇ ਤਾਲ ਦੁੱਲੇ ਨੇ ਨਹੀਂ ਵੱਜਣ ਦਿੱਤੀ ਇੱਕ ਖੜ ਗਿਆ ਯਾਰ ਉਹ ਪਹਾੜ ਬਣ ਕੇ ਮੰਗੀ ਨੇ ਹਵਾ ਨਹੀਂ ਪੁੱਛੇ ਬਿਨਾਂ ਲੰਘਣ ਦਿੱਤੀ ਫਿਰ ਕੀ ਆਖੀਏ ਚੌਹਾਨ ਯਾਰਾ ਗੱਗੀ ਨੇ ਪੱਟੀ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਵਾਹ ਨਾਇਓਨਾ ਇਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਔਰ ਕਹਿੰਦੇ ਨੇ ਖੇਡ ਕਬੱਡੀ ਦੀ ਗੱਲ ਵੱਖਰੀ ਇਹਦਾ ਨਾਜ ਵੱਖਰਾ ਇਹਦੀ ਦੇਖ ਵੱਖਰੀ ਪੱਬਾ ਭਾਰ ਹੋ ਕੇ ਦਰਸ਼ਕ ਤੱਕਦੇ ਨੇ ਖੇਡ ਕਬੱਡੀ ਨੂੰ ਆਹ ਦੇਖੋ ਨਾਇਓਨਾ ਬੋਝ ਕੇ ਰੱਖੀ ਸਾਂਭ ਕੇ ਰੱਖੀ ਪੁਆਇੰਟ ਜਾਫੀਆਂ ਦਾ ਪੁਆਇੰਟ ਪੂਨੀਆ ਰੇੜਵਾ ਦਾ ਅੰਗਰੇਜ ਕਹਿੰਦੇ ਨੇ ਵੀ ਸੋਨੇ ਦੇ ਨਾਲ ਭਾਈਆਂ ਵਾਲਾ ਪਿਆਰ ਰੱਖਦਾ ਹੈ ਫਿਰ ਪੰਜਾਬ ਕੈਲੀਫੋਰਨੀਆ ਈਗਲ ਦੇ ਵੱਲੋਂ ਖੇਡਣ ਦੇ ਲਈ ਆਹ ਬੜੇ ਮਸ਼ਹੂਰੀ ਪ੍ਰਾਪਤ ਕੀਤੀ ਵੇਵ ਵਰਲਡ ਕਬੱਡੀ ਲੀਗ ਦੇ ਵਿੱਚ ਉਧਰਲੇ ਬੰਨੇ ਭਾਵੇਂ ਪੰਜਾਬ ਦਾ ਵਿਸ਼ਵ ਕਬੱਡੀ ਕੱਪ ਹੋਵੇ ਭਾਵੇਂ ਪੰਜਾਬ ਦਾ आईपीएल मैचों की गल हो अंग्रेज पूनिया वाले ने भी बल्ले बल्ले करवाई है बांदल रोड पिंड है नौजवान का सोने का वीर यह है नौजवान निका कबड्डी के खेड मैदान का श्रृंगार है दोहे वीर कबड्डी इश्क हो गया है चल भी नौजवान पा भी कबड्डी रब आपे तख्त बिठा दे बंदा होवे ना बदनीत यारो उन्हें घर की गरीबी चक दिती ਧੂੜ ਵਾਲਿਆ ਕਬੱਡੀ ਨਾ ਪਾਲੀ ਜਿੰਨਾ ਪ੍ਰੀਤ ਯਾਰੋ ਨਾਲ ਹੀ ਮਾਲਾ ਤੇ ਗਗੜਾ ਕਬੱਡੀ ਦੇ ਖੇਡ ਮੈਦਾਨ ਵਿੱਚ ਉਧਰਲੇ ਬੰਨੇ ਬਾਈ ਨੀਟੇ ਹੋਰੀ ਹੈਪੀ ਹੋਰੀ ਬਾਈ ਬੱਬੂ ਹੋਰੀ ਤੇ ਵੀਰ ਇੰਦਰਜੀਤ ਜੀ ਸਾਡਾ ਗਗਨ ਡੋਲੀ ਵਾਲਾ ਵੀਰ ਕਹਿੰਦੇ ਪੰਜਾਬ ਲਾਈਵ ਨੰਬਰ 1 ਦੇ ਉੱਪਰ ਅੱਜ ਪੂਰੀ ਦੁਨੀਆ ਦੇ ਵਿੱਚ ਟੈਲੀਕਾਸਟ ਕੀਤਾ ਜਾ ਰਿਹਾ ਹੈ ਗੋਲਡੀ ਵੱਲੋਂ ਮੀਤ ਦੇ ਲਈ 100 ਰੁਪਏ ਦੇ ਮਾਣ ਸਨਮਾਨੇ ਮੀਤ ਖਾਈ ਵਾਲੇ ਦੇ ਲਈ ਆਹ ਨਾਇਓਨਾ ਮਾਇਆ ਦੇ ਗੱਫੇ ਆਪਣੇ ਤੂੰ ਫੜ ਲੈ ਚਲੋ ਨਾਇਓਨਾ ਪਾ ਕੇ ਕਬੱਡੀ ਤੂੰ ਮੇਲਾ ਲੁੱਟ ਲੈ ਵਿੱਚ ਤੂੰ ਮੈਦਾਨ ਦੇ ਸ਼ੇਰ ਬਣ ਮੁੱਕ ਲੈ ਖੇਡ ਕੇ ਕਬੱਡੀ ਤੂੰ ਮੇਲਾ ਲੁੱਟ ਲੈ ਔਰ ਭਲਵਾਨ ਅੰਕ ਜਿਹੜਾ ਜਾਫੀਆਂ ਦੇ ਖਾਤੇ ਕਾਲਾ ਵੰਦ ਡੋੜ ਦੀ ਧਰਤੀ ਨਾਲ ਮੇਰੇ ਨੂੰ ਤੋਤਾ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਂ ਵਾਲ ਪਈ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਂ ਵਾਲ ਪਈ ਲਓ ਸਰਾਵਾਂ ਵਾਲੇ ਅਮਨ ਦੀ ਪਾਈ ਸੀ ਕਬੱਡੀ ਨਾਲ ਜੁੜੀਏ ਮੇਰੇ ਵੀਰ ਇਹ ਹੈ 70-75 ਦਾ ਕਹਿੰਦੇ ਟਾਪ ਦਾ ਕਬੱਡੀ ਦਾ ਖਿਡਾਰੀ ਮੰਨਿਆ ਪਰਵੰਨਿਆ ਉਧਰਲੇ ਬੰਨੇ ਦੇਖਾਂਗੇ ਕਬੱਡੀ ਦੇ ਖੇਡ ਮੈਦਾਨ ਵਿੱਚ ਨੌਜਵਾਨ ਦੀ ਪਾਈ ਸੀ ਕਬੱਡੀ ਜ਼ਿਲ੍ਹੇ ਫਰੀਦਕੋਟ ਦਾ ਇੱਕ ਪਿੰਡ ਯਾਰੋ ਉਧਰਲੇ ਬੰਨੇ ਜਿਹਨੂੰ ਆਖਦੇ ਲੋਕ ਸਰਾਵਾਂ ਉੱਥੋਂ ਦਾ ਇੱਕ ਹੀਰਾ ਸੁਣੀਦਾ ਜਿਹਦੀ ਸਿਰਤ ਸਰਾਵਾਂ ਨਾ ਉਹਦਾ ਸੁਖਵੀਰ ਯਾਰੋ ਹੱਥ ਲਾ ਕੇ ਜਾਫੀਆਂ ਨੂੰ ਦਾ ਹਵਾ ਨੂੰ ਚੀਰ ਯਾਰੋ ਇਹ ਨੌਜਵਾਨ ਉਸੇ ਪਿੰਡ ਦਾ ਲਓ ਕਬੱਡੀ ਦੇ ਗਰਾਊਂਡ ਵਿੱਚ ਅਗਲੀ ਕਬੱਡੀ ਅੰਗਰੇਜ਼ ਦੇ ਪੇਂਡੂ ਦੀ ਪਾਈ ਹੋਈ ਹੈ ਲਓ ਖੇਡ ਮੈਦਾਨ ਵਿੱਚ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਸ਼ਹਿਰ ਦੁਆਬਾ ਅੰਬੀਆਂ ਨੂੰ ਤਰਸੇਂਗੀ ਨਹੀਂ ਛੱਡ ਕੇ ਦੇਖ ਦੁਆਬਾ ਪੰਜਾਬ ਦੀ ਧਰਤੀ ਕਹਿੰਦੇ ਨੇ ਤਿੰਨ ਪੱਟੀਆਂ ਨੇ ਮਾਝਾ ਮਾਲਵਾ ਤੇ ਦੁਆਬਾ ਆ ਮਾਲਵੇ ਤੇ ਦੁਆਬੇ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀਆਂ ਦੀ ਗੱਲਾਂ ਕਰਦੇ ਨੇ ਟੀਮਾਂ ਦੋਨੋਂ ਚੰਗੀਆਂ ਇੱਕ ਪਾਸੇ ਬਾਂਦਰ ਡੋਰ ਦੀ ਧਰਤੀ ਇਹ ਡੋਡਾ ਵਾਲਾ ਕਾਲਾ ਹੈ ਨਾਉਜੁਣ ਵਾਂਦਰਾਂ ਵਾਲਾ ਕਾਲਾ ਬਾਂਦਰ ਡੋਰ ਤੋਂ ਗੱਲ ਯਾਦ ਆ ਗਈ ਵਾਂਦਰ ਜਿਹੜਾ ਕਹਿੰਦੇ ਨੇ ਵੀ ਮੋਗੇ ਜ਼ਿਲ੍ਹੇ ਤੇ ਡੋਡ ਬਠਿੰਡੇ ਜ਼ਿਲ੍ਹੇ ਚ ਪੈਂਦਾ ਹੈ ਇਹ ਵਾਂਦਰ ਡੋਡ ਦੋਨੋਂ ਕੋਲੋ ਕੋਲ ਨਗਰ ਨੇ ਵਾਂਦਰਾਂ ਦੀ ਧਰਤੀ ਦਾ ਕਾਲਾ ਹੈ ਔਰ ਇਧਰਲੇ ਪਾਸੇ ਇਹਦਾ ਖਾਈ ਪਿੰਡਾ ਹੈ ਪੱਤੋ ਦੇ ਸ਼ੌਕੀਨਾਂ ਦੇ ਪਿੰਡ ਦੇ ਬਿਲਕੁਲ ਲਾਗੇ ਪੱਤੋ ਵਾਲਾ ਮੀਤ ਮੇਰੇ ਨੂੰ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰ ਅੰਕ ਮੀਤ ਦਾ ਵਾਹ ਨਾ ਸਵਾਦ ਆ ਗਿਆ
उधरले बने दाले वाली कालू भी पुजिया है मेरे वीर बुटरा वाले याद होना है कबड्डी का कप 6 दिसंबर को करवाया जाता है मेरे वीर जिथे 5 बुलट दिते जाने हैं एक बुलट बैटलेट बड़ी ग्याफी ले होगा एक बुलट कहते गगड़े वाले यस लिए होगा एक बुलट कहते जसविंदर आसा बुटर दे लिए होगा एक बुलेट बूटे उमरियाने के लिए होगा दौले वाले के कबड्डी कप से 5 जड़े बुलटा की राग छिड़िया उधर जसा घोड़िया वाला मीत के लिए 100 रुपया पुजता करता है जसा घोड़िया वाला मीत के लिए 100 रुपया पुजता करता है जसविंदर भाई कली पा ढेरिया कली पा लो जी लैणा के उपर जेड़े वीर की कली के उपर ड्यूटी है यह है मुंडा फरीद कोटिया कबड्डी पा रहा मेरे हरजीत जो बाजे खान के हरजीत ने कबड्डी पाई सी प्रोफेसर मखण सिंह ने कहा मुंडिया वे मुंडिया फरीद कोटिया शरारत नचती है मुंडिया वे मुंडिया फरीद कोटिया तेरे बुलों से शरारत हसती है उधरले पासे शरारतों दलों ने खेड कबड्डी के मैदान दौले वाला पिंड है दौले वाला मायर जेड़े पिंड अवतार सिंह जी फौजी होनी यार कुमार वर्गे आ उस पिंड का नावी हूं कालू कबड्डी पाउण वाले मैदान कालू ते काला दोने कह रहे जे शरीर के करते ने बार जो कमानो छुट्टे तीर के कालू ते काला दो कह रहे जे शरीर के उधरले बने लखी सनेरा वाले का टेंपू चलिया भाई जरा भर के लिया दर्शक वीर का कृपा करके जे वीर पुजे नाल चले जाण हथ बन के बेनती है ला सामने मीत दी पाई से कबड्डी दीपा दे मीत दो वीर कबड्डी खेलते हैं उधरले बने हरनेक सिंह जी प्रधान हरजीत सिंह जी प्रधान से सुखनाथ सिंह जी सेखो वीर हिंद सिंह जी भाई जगरूप सिंह जी मैंबर पंचायत नाल गुरजंट सिंह जी साडे वीर यूके वाले भाई अतर सिंह जी ते अवतार सिंह जी यूके सपुत्र शहीद कुलवंत सिंह जी आप सारे वीर का सत्कार करांगे दोवें टीमां इस तो अगले मैच दियां माला ते गगड़े दी डां खड़कणी आ पढ़ाने का जगमीत चेचे तौर से पुजा कबड्डी का मनिया परवनिया तावी उधरले पासे जिले बठिंडे दे भैणी पिंड दा मेरे वीरो जिवें कहिंदे ने रामपुरे दे एरिए दा जसवीर सिंह फौजी ते मोगे जिले दे दीना साहब दी धरती दा सुखदेव सिंह तूड मणि तूड पिंड दा नावियन गुरजीत लंगियाने दा वड्डियां जिहड़ियां जिम्मेवारियां मैच दे विच निभा रहे ने खाई वाला नावियन कहिंदे ने बुलेट मोटरसाइकिल मान सम्मान दे विच दित्ता गया इस नावियन नूं उधर मेजर बराड़ जी जलंधर सिद्धू जी करमपाल सिद्धू जी राजपाल सिद्धू जी नाल सुखर टॉल रोही वाला गुरप्रीत ढिलो मलूके वाला इन्हां वीरां दा सारिआं दा धन्नवाद है जगराज माले वाला मेरे वीरो जिवें लखवीर हीरा भिंडरा वाला इन्हां सारे प्रमोटरां दा यूएसए दे विच जिवें कहिंदे ने काबल गिल यूएसए वाला जाला धूड़कोट वाला पिंदर मेरे वीरो खोसा कोटला मेहर सिंह वाला इन्हां सारे प्रमोटरां दा सुखे वर्गिआं दा धन्नवाद करदे हां राजापुर बा अगले मैच दिया दो टीम मैच समाप्त मेरे वीर राजा कली दस कितों पे कली पाने पे राजा पूर्णिया रेड़मा की टीम जेतु रही कली वाला वीर लैणा दे कली पा दे हड़ा राजापुर बा कली दस कितों पे कली पाने छेती कर पूर्णिया रेड़मा जेतु रही है साडे प्रबंधक वीर नोट कर लैणा भाई बैठा इत्थे खड़ा हो भाई अंग्रेज सिंह जी पूनिया जिहड़े मां जेतू रही है प्रबंधक नोट कर लैणा राजा कली दस कित्थे पई आ तू इत्थे बैठा सामने आ वी मैच बाद तकड़ा खेडा जाना है बिल्ला गगड़े वाला 2013 दे सीजन दा बेस्ट जाफी रिहा 112 जाफे लागे रिकॉर्ड पैदा कीता आपां सुवीर दा धन्नवाद करना है एक हफ्ते विच दो मोटरसाइकलां दा जेतू है वकील अमले दा सोनी दे नाल मेरा वीर बिल्ला गगड़े वाला यह भी मैच माले दी टीम दे नाल खेडा जाना है पढ़ाने का कबड्डी का बब्बर शेर कबड्डी का मनिया प्रबन्या भावी मेरे उधरले बने जगमीत बराड़ उचेचे तौर पर कबड्डी के ग्राउंड के वाल आ गया जिहदा अज मान सन्मान होना है नाल ही मेरी बेनती उधरले बने शहीद निर्मल सिंह जी उन्होंने परिवार के वलों लखे मेहर सिंह वाले के पढ़ाने के जगमीत का 1100 रुपये का मान सम्मान होना है सेवा देश की जिंदड़ी है लखा माले वाला पढ़ाने वाला जो लखे खेड रहा जी 2 लखे माले वाले का रवि झंडेणिए का जोड़ा 1100 रुपये का मान सम्मान होगा लै भी गुरजीत जूके वाले है ब्यूटी नहीं कोई चंडीगढ़ शहर वर्गी मारू चीज नहीं मित्रों कोई यार वर्गी
लोड़ है नी मित्रों प्यार वर्गी, है नी कोई गदारी यार मार वर्गी, खेडा विचों खेड यारो बड्डी वर्गी, है नी कोई योध्या खेड आसा बुटर वाले कबड्डी वर्गी, है नी कोई खेड कबड्डी वर्गी। उधरले पासे पंजाबियों की हरमन प्यारी है, दुनिया भर के जिस कबड्डी के चर्चे हो गए ने, और जिवें कहंदे ने उच्चा सुच्चा रुतबा दवाता इस नूं, बख्श लिया माने नमानी सी, कच का समान होया करदी सी कौडी, अज बन गई है डालर ते पाउंडा की कहानी जी, जो भी रख ली है तुसीं ये पंजाबियो, नहीं किदे दी खत्म हो जानी सी, नहीं किदे दी खत्म हो जानी सी, रवि रख लिया तुसीं पंजाबियो। रवि दे हरेक पॉइंट ते राजा वीर आखदा भी सौ सौ रुपये के मान सम्मान होणगे मेरे वीर, यह है खुखराने की धरती राज दी सीनी मेरे वीर आख रहे हैं, अज मान करते हैं खुखराने पिंड के मुंडे वेख लो अपने शौक पगांदे तसा ना दी किरत कमाई इन्हां खेडां उत्ते लाउंदे खरे खोटे दी परख इन्हां नूं गल करदे टनका के राजे खेले सच्चे मित्र मिलदे जफियां पाके। उधरले पासे पिंडा कमे दा भतीजा बोलां तों खुश हो के बड़े मान सम्मान कर गया है बापू कमे दा भतीजा पिंडा, और कली बेनती करो भी कली जरूर पा दो कला वाला अंबो। उधरले बने अंग्रेज से नहीं साढ़े सरपंच साहब माया दे किसे बोला तो खुश होकर भेजते हैं लै भी कला वाले जे उधरले बने रवि नो मोहरे होकर यफा लावे लाडी पंदेर सोसावा कहना भी 500 रुपये के माया दे किसे हो गए कला वाले अंबू के उपर लाडी पंदेर कनेडा के ब्रिटिश कोलंबिया स्टेट के बसपोर के बैठा वह पाई बंटी पूजा हुआ है हजे कला वाला जिमें कहते ने पढ़ाने अगे होकर जफा लावेगा तो 500 रुपया होगा। पासे नोट कर लो खेड प्रेमी मेरी बेनती है क्योंकि सारिया जिम्मेवारियां निभा पीम माले की पिंड वाली सैड से गगड़े की टीम कली वाला वीर लैना से कली पा दे कृपा करके दुनिया च धुन पाती पिंडों पढ़ाने की के सार या टकाउे पाँगा पा पूरी है टकाने की लै भी कला वाले नौजवाना उतले बन्ने देखिए खिलाड़ी इंग्लैंड ते कनेडा दे दूसरे बन्ने होगी बल्ले बल्ले मेरे भी नौजवान इधरले बन्ने दौधर पिंड है माने का जिले मोगे का मशहूर नगर चल भी बुटर वाले कर गल माले दे लखे दी पाई कबड्डी दी वाह। उधरले पासे कद भावे छोटा नाम जीदा बड़ा है लखा मेरे वो खेड कबड्डी का जाफी धावी पाता है एक पासे मेरे वो लखा माले दी धरती खेड कबड्डी के मैदान के वाह चोटी का खिलाड़ी माले पिंड का जिदा अज निर्मल सिंह जी के परिवार के वालों 1100 रुपये का मान सम्मान होना है नौजवान कबड्डी पा के वापस मुड़ता होया जसविंदर गगड़े की टीम डॉक्टर बग्गे वालों 500 रुपया नाम है गगड़े की टीम के लिए डॉक्टर बग्गे वालों 500 रुपये के मान सम्मान ने भाई कोई खास रिश्तेदारी है मामे के मुंडे खेलते थे क्या बात आ रही इधरले पासे धर्मकोट पिंड है लखे का और कनेडा के 2010 बाद इंग्लैंड कबड्डी के खेत्र कबड्डी का चढ़ता हुआ सूरज है मोगे जिले के धर्मकोट पिंड का लखा। उधरले बने स्वर्गीय सरदार बलविंदर सिंह जी उन्होंने परिवार वालों 25,000 रुपये का योगदान कबड्डी टूरनामेंट ही माया के कफे पुजे है यह नौजवान कबड्डी के ग्राउंड देखिए भी कौन है दलजीत बाडी वकीलों वाले महेंद्र सिंह जी बोपा राय का पुत्र कबड्डी के ग्राउंड में बहुत तगड़ा जफा ला रहा है तो भलाने के जगमीर की अगली जारी कबड्डी तकी है ग्राउंड में कि रेडरों में रेडर से कि बब्बा भलाने का कि जिदे मूहरे खड़ता से कोई जाफी टिकाने का कि जिदे मूहरे खड़ता से कोई जाफी टिकाने का। इधरले पासे नौजवान फिर कबड्डी पाउण दे लई मैदान दे विच वाधा होया अंक जिहड़ा धावी दे उधरले बन्ने स्वर्गीय सरदार बलविंदर सिंह जी सरपंच उन्होंने स्वर्गवासी उन्होंने नाल शिंदर सिंह जी सरपंच शरदा के फुल जे भेट कर रहे हैं अपने वीर नो लाओ लिशक के पिंडे पैन पट्टा विच घुगियां के साना वाले भेड़ा विच ताकतां ने गुझियां बिले गगड़े वाला कुतले बन्ने देखांगे बिले आ तैयारी वट ला नौजवाना कबड्डी के ग्राउंड विच करा दे बल्ले बल्ले एक बन्ने गगड़े की टीम पंजाब भर के कबड्डी टूरनामेंट का शिंगार यह है नौजवान वकीलों वाले का सोनी मेरे कबड्डी के ग्राउंड पॉइंट धावी के हिस्से जुड़ गया कल भी बुटर गल। उधरले पासे प्रीतम सिंह जी जौल कनेडा वाले बोलों तो कुछ के बड़े मान सम्मान पहुंचते कर गया है राजा भी आखता भी रवि पॉइंट पाने माया कनेडा वालों माइकल खुखराना बोलना तो खुश होकर बड़े मान सम्मान दास दे पुछते कर गया है बड़ा धन्यवाद करता है। लाडी कनेडा वाला कहना भी जे अंबू जफा लावेगा लखे धर्मकोटिए अगे होके
500 रुपया मेरे वालों होगा लाडी पंधेर एपिसोड कनेडा वाला जिन्हें रवि पॉइंट प्राप्त करता राजा भी रखता भी उन्हें 100-100 के गफे दिते जाएंगे 1100 रुपये का आ खिडारी का मान सम्मान शहीद निर्मल सिंह जी परिवार के वलों होगा उधरले बन्ने गगड़ेवाल जस का पिंड कबड्डी के ग्राउंड बुग्गीपुरी शीरा यारो आउंदा बुकदा गगड़े का जस नहीं किसी तो रुकता यह है गगड़े वाला बिल्ला उधरले बन्ने बड़े कबड्डी कप दियां गल्लां जिहड़ियां माले की धरती से होंदियां चलो पढ़ाने वाले यह है जिले फिरोजपुर का नौजवान कहिंदे शिंदे अमली की टीम लई कुलविंदर शेखपुरा की टीम लई अंबू जे जफाला उत्ते 500 रुपया लाडी पंधेर सोसण वाला एक्सपोर्ट के बैठा उधरले बने पंजाब लाइव नंबर के प्रतारा जोड़ रही है यह है नौजवान जगमीत पढ़ाने वाला फड़ने बड़े औखे उठने सप साए का लक शेर का नक बिरग की लत कबूतर चीने कबड्डी लई चंगे है यारो फगण चेत महीने कबड्डी लई चंगे है यारो फगण चेत महीने वाह उधरले पासे लखा दलजीत सिंह नाओ माले की धरती का कबड्डी पाने लई मैदान के वाधा होया सजरा शरीक बन मैदान में गगड़े वाला कौन जफा लावेगा समय के लिहाज के चलेंगे एक पासे रेडर दूजे पासे जाफी आ देख ला भी नौजवाना कमाल हुई पई है अंक की खाते अंक जाफिया के अंत बिले गगड़े वाले बने गुरजीत सिंह जी यूके बड़े माया के गफे पुजते करते हैं वकीलों वाला रज्जी वाला जी वकीलों वाला रज्जी वाला इस अगले मैच दीम तैयारी करके ग्राउंड आ जा यह है धर्मकोट शहर का गभरू कबड्डी पा रहा है लाडी वेख लै बंटी सिखो मर्जी है सजना तेरी लाओ कबड्डी के ग्राउंड में गुरजीत यूके वाला राजदीप राजा दसवीं धूड़ वाले की फैसला है नौजवाना कबड्डी के ग्राउंड में अंक जड़ा इस समय धावी के हिस्से दे दिता गया है चल भी नौजवाना अगलिया टीम वकीलों वाले रज्जी वाला जी नाल ही साडी प्रबंध कमेटी अगलिया टाइया कर दे जल्दी दे नाल जी हां जी बुट्टर साहब वाह उधरले पासे कबड्डी के मैदान के झंडिया ने पछमी का रवि अज विजेतर से मान सम्मान होगा इस खिडारी का कबड्डी का पॉइंट लेके भजदा हुआ पढ़ाना पिंड है जगमीत सिंह नाउजवान का नाओ खेड़ के कबड्डी यह मेले लुट्टण की गल करता हुआ जिले फिरोजपुर के मानमते नगर पढ़ाने वाला नाउजवान जगमीत सिंह कबड्डी पाने लिए के रौंदे वाला फौजी पप्पू चूड़ चकदा कहंदे कहांदे रेडरां नूं शर्मा डकदा पर जिवें कहंदे ने गुरजीत तूता वाला गुरजीत बब्बू आ पढ़ाने का जिन्हां के जाफी कोई खड़दा टिकाने का एक पासे पढ़ाने वाला पॉइंट लैके अपने खाते दे विच भजदा होया नहीं रीफा लाउ उहना स्वाद आ गया ना निक्का जिहा कादे इस खिडारी का शहीद निर्मल सिंह जी उन्हें परिवार का कहंदे दिल आ गया इस नौजवान खिडारी के उपर वड्डे मान सम्मान होणगे इस धरती से ला माले वाले लखे की पाई थी कबड्डी कबड्डी के किंग दियां गल्लां लाओ वकीलों वाले का सोनी इधरले बन्ने देखा मेरे वीर हर जा पासे यह है कबड्डी के सतारा की गल एक हजार अंबू के जफे से मेरे वीर ताड़ी मार दे कोई लाडी सोसण कनेडा वाला कहता भी जे अंबू मोहरा होके जफा ला दे लै भी कला वाले जे मोहरे होके जफा लाना एक हजार दादर का माणा मेरे वीर कबड्डी के ग्राउंड कर रहे हैं कोशिश बंटी सेखो जी धन्यवाद करता है बंटी चढ़ते सलामा वड्डे मान सन्मान ते प्यार और उधरले पासे कबड्डी पाने लिए मैदान दे विच तरसेम सिंह सा भाई सेमे दे वल्लों पै गया मेरे वीर 1100 रुपया अंबो दे यफे दा क्या बात ने पर इधरले पासे झंडे ने पछमी की धरती के रवि नूं जफा लगता होया वाह नाउयो ने माघ की गंदल वांगू बरोड़ के एक साइड से ला दिता सच्ची स्वाद आ गया आंदा स्वाद पंजाबियों नूं कौड़ी दे के पाउंदा रेडर जदों रेड ढेरिया ते मत्था टेक के लग जांदा सोहना जा जफा तां दुनिया पैंदी नच मित्रो कौड़ी खेड़ा पंजाबियों दी मां ए 16 ने सच मित्रो 1100 रुपये का जफा होगा कला वाले ने कन्नी लै ली है ए कला वाला पढ़ाने वाला होगी बल्ले बल्ले कबड्डी के ग्राउंड कला वाले कबड्डी का स्टार पढ़ाने का जगमीत अंबू की भी दुनिया दवानी हुई फरदी है चल भी नौजवाना असी जश्न मनाइए जितां दे परवाह नहीं करते हारां दी दुनिया दीवानी है वो कौडी के स्टारा की लै कर भी बाई गल कि मान सम्मान इतने पुजे है उधरले पासे लखा नौजवान कौडी पाने लिए मैदान इधर इकबाल मुसाफर डोली पाई हां जी गगड़े की समूह टीम साढ़े हरमेर सिंह प्रधान वाले को नाम है बाई दे माइक की आवाज खोल दे कृपा करके
ਉੱਪਰਲੇ ਸਟੇਜ ਵਾਲੇ ਦੀ 75 ਸੈਕਟਰੀ ਦੇ ਮੈਕ ਦੀ ਆਵਾਜ਼ ਖੋਲ ਦੇ ਬਾਈ ਹਰਮੇਲ ਪ੍ਰਧਾਨ ਵਾਲੇ ਕੋ ਗਗੜੇ ਦੀ ਸਮੂਹ ਟੀਮ ਨੂੰ 500 ਰੁਪਏ ਦਾ ਇਨਾਮ ਜੀ ਉਧਰਲੇ ਪਾਸੇ 1000 ਰੁਪਇਆ ਲਾਡੀ ਕੈਨੇਡਾ ਸੋਸਣ ਵਾਲਾ ਪਨੇਰ ਉਹਦਾ ਭਾਈ ਬੰਟੀ ਪੁੱਜਿਆ ਹੋਇਆ ਸੋਸਣ ਤੋਂ ਆਨਾ ਦੇ ਲੱਖੇ ਨੂੰ ਮੂਹਰੇ ਹੋ ਕੇ ਡੱਕੇਗਾ 1000 ਮੇਲ ਵੱਲੋਂ 100 ਰੁਪਇਆ ਤਰਸੇਮ ਸਾਡਾ ਵੀਰ ਘੰਮੇ ਦਾ ਭਤੀਜਾ ਉਹਦੇ ਵੱਲੋਂ ਹੈ ਹਰ ਜੇ ਡੱਕੇਗਾ ਅੰਬੂ ਮੇਰੇ ਵੀਰੋ ਔਰ ਅੰਤ ਧਾਵੀ ਦਾ ਯਾਰ ਪਰਿਵਾਰ ਦੇ ਵੱਲੋਂ ਮਾਇਆ ਦੇ ਗੱਫੇ ਪੁੱਜੇ ਆ ਬਹੁਤ ਵੱਡਾ ਧੰਨਵਾਦ ਹੈ ਯਾਰ ਪਰਿਵਾਰ ਬੈਠਾ ਸਾਡਾ ਵੀਰ ਵੱਡੇ ਮਾਇਆ ਦੇ ਗੱਫੇ ਝੰਡਣਗੇ ਰਵੀ ਦੀ ਰਾਜਦੀਪ ਸਿੰਘ ਜੀ ਕਹਿੰਦਾ ਹਰੇਕ ਕਬੱਡੀ ਤੇ ਮਾਇਆ ਦੇ ਗੱਫੇ ਹੋਣਗੇ ਲਾਇਆ ਖੋਸੇ ਪਰਿਵਾਰ ਦਾ ਨੌਜਵਾਨ ਝੰਡਿਆਣਾ ਪੱਛਮੀ ਪਿੰਡ ਹੈ ਇਹ ਨੌਜਵਾਨ ਆਜ਼ਾਦ ਕਬੱਡੀ ਕਲੱਬ ਅਡਮਿੰਟਨ ਦੀ ਟੀਮ ਦੇ ਲਈ ਪੰਜਾਬ ਭਰ ਦੇ ਕਬੱਡੀ ਕੱਪਾਂ ਦੇ ਬੋਲਦਾ ਤਾਵੇ ਨਾ ਉਧਰਲੇ ਬੰਨੇ ਦੇਖਾਂਗੇ ਅੱਜ ਸਵਾਦ ਆਇਆ ਪਿਆ ਭਾਵੇਂ ਉਹ ਚੜ੍ਹਦਾ ਲੈਂਦਾ ਪੰਜਾਬ ਹੋਵੇ ਕੋਈ ਖਿਡਾਰੀ ਇੰਗਲੈਂਡ ਕੋਈ ਕੈਨੇਡਾ ਕੋਈ ਪਾਕਿਸਤਾਨ ਉਧਰਲੇ ਪਾਸੇ ਲਾਡੀ ਕੈਨੇਡਾ ਵੱਲੋਂ ਕਹਿੰਦਾ ਵੀ 500 ਰੁਪਇਆ ਹੋਵੇਗਾ ਜੇ ਜਗਮੀਤ ਪੜਾਣੇ ਨੂੰ ਡੱਕੇਗਾ ਅੰਬੂ ਅੱਗੇ ਖੜ ਕੇ ਉਹ ਆ ਕੇ ਕਹਿੰਦੇ ਨੇ ਵੀ ਉਹਦਾ ਭਾਈ ਬੰਟੀ ਕੈਨੇਡਾ ਪੁੱਜਿਆ ਹੋਇਆ ਔਰ ਨਾਲ ਦੀ ਨਾਲ ਕਹਿੰਦੇ ਨੇ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਰੇਡਰ ਚੋਟੀ ਦਾ ਦੂਜੇ ਪਾਸੇ ਜਾਫੀ ਕਮਾਲ ਦੇ ਇਹ ਚਾਰੇ ਵੱਡੇ ਕੱਢ ਰਹੇ ਬੱਲੇ ਬੱਲੇ ਹੋ ਗਈ ਕਿ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲ ਸੀ ਉਹ ਘਰੋ ਘਰੀ ਤੌਰ ਤੇ ਸੋਚਾਂ ਤੇ ਮਲ ਸੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਸੀ ਅੱਜ ਸ਼ੁਰੂ ਹੋ ਗਈ ਫੇਰ ਤੋਂ प्रबंध कमेटी चेचे तौर से धन्यवाद कर रही है स्वर्गीय सरदार बलविंदर सिंह जी सरपंच उन्होंने परिवार का स्वर्गीय सरदार करतार सिंह जी सेखो उन्होंने परिवार का स्वर्गीय सरदार पाला सिंह जी नंबरदार साहब उन्होंने परिवार का नाल ही शहीद निर्मल सिंह जी शहीद सरदार ਕਲਬੰਸ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਵੱਡਾ ਧੰਨਵਾਦ ਕਰ ਰਹੀ ਹੈ ਪੂਰੀ ਪ੍ਰਬੰਧ ਕਮੇਟੀ ਇਹ ਸਾਰਾ ਨਗਰ ਚੱਲ ਵੀ ਨੌਜਵਾਨਾਂ ਮੈਂ ਗੱਲ ਕਰ ਰਿਹਾ ਸੀ ਚੜ੍ਹਦੇ ਲੈਂਦੇ ਪੰਜਾਬ ਦੀ ਕਬੱਡੀ ਦੀ ਉੱਥੇ ਵੀ ਪੰਜਾਬ 1500 ਰੁਪਇਆ ਅੰਬੂ ਦੇ ਜੱਫੇ ਤੇ ਲਾਡੀ ਪੰਦੇਰ ਦੇ ਨਾਲ ਸੀਮਾ ਬਾਈ 1500 ਰੁਪਇਆ ਜੇ ਅੰਬੂ ਜੱਫਾ ਲਾਵੇ 1500 ਰੁਪਇਆ ਮੇਰੇ ਵੀਰ ਇਹ ਹੈ ਭਾਵੇਂ ਗੱਲ ਉਹ ਨਨਕਾਣਾ ਸਾਹਿਬ ਦੀ ਹੋਵੇ ਭਾਵੇਂ ਗੱਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੋਵੇ ਇਹ ਪੰਜਾਬ ਦੀ ਧਰਤੀ ਨੂੰ ਮਾਣ ਹੈ ਝੰਡਿਆਂ ਦੀ ਪਾਈ ਹੋਈ ਕਬੱਡੀ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਨ ਕਰਿਆਵਾਂ ਨਨਕਾਣੇ ਦਰਬਾਰ ਦੇ ਜੀ ਰੱਜ ਰੱਜ ਕੇ ਸ਼ਹਿਰ ਲਾਹੌਰ ਦੇਖਾਂ ਘੁੰਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸਜਦਾ ਬੁੱਲਾ ਨੱਚਿਆ ਮੂਹਰੇ ਯਾਰ ਦੇ ਜੀ ਜਾ ਕੇ ਹੀਰ ਦਾ ਝੰਜ ਸਿਆਲ ਵੇਖਾਂ ਕਿ ਜਿੱਥੇ ਰਾਂਝੇ ਮੱਝਾਂ ਚਾਰ ਦੇ ਜੀ ਰੱਬ ਕਰਕੇ ਵਾਗੇ ਦੀ ਖੁੱਲ ਜਾਵੇ ਸਰਦ ਰੱਬਾ ਹੈਪੀ ਕਲਿਆਣੀ ਜੀ ਇਹੋ ਪੁਕਾਰ ਦੇ ਜੀ ਇਹ ਪੰਜਾਬ ਤੇ ਚੜ੍ਹਦੇ ਲੈਂਦੇ ਪੰਜਾਬ ਦੀਆਂ ਗੱਲਾਂ ਉਧਰਲੇ ਪਾਸੇ ਬਲਵਿੰਦਰ ਸਿੰਘ ਜੀ ਖੋਸਾ ਪਰਿਵਾਰ ਤੇ ਜੌਲ ਪਰਿਵਾਰ ਬੋਲਾਂ ਤੋਂ ਖੋਸੋ ਕੇ ਬਾਡੇ ਮਾਨ ਸਰਮਾਰ ਬਾਅਦ ਦੇ ਗੱਫੇ ਮੇਲੇ ਦੇ ਵੱਡੇ ਖਾਲਸਾ ਸਾਹਿਬ ਕਹਿ ਰਹੇ ਹੈ ਕਿ ਗੱਲ ਮੈਂ ਪਹਿਲਾਂ ਵੀ ਕੀਤੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅੰਬੂ ਦੇ ਜੱਫੇ ਦੇ 1500 ਰੁਪਏ ਦੀ ਗੱਲ ਕਰ ਰਹੇ ਹੈ ਸਾਡੀ ਸੋਚਣ ਵਾਲਾ ਮੇਰਾ ਵੀਰ ਉਧਰਲੇ ਬਨੇ ਸਾਡੇ ਸੈਕਟਰੀ ਸਾਹਿਬ ਬਾਈ ਨਛੱਤਰ ਸਿੰਘ ਹੋਰੀ ਸਵਾਲ ਆਈ ਜਾਂਦਾ ਦੱਸੀ ਵੀ ਬਾਈ ਬਹੁਤ ਜ਼ਿਆਦਾ ਵਾਹ ਮੈਂ ਇਧਰਲੇ ਪਾਸੇ ਗੁਰਦਾਸ ਮਾਨ ਸਿੰਘ ਵਾਲਾ ਦਾ ਉਹਦਾ ਸਨਮਾਨ ਹੋਵੇਗਾ ਗਰਾਊਂਡ ਦੇ ਵਿੱਚ ਆ ਜੇ ਬਾਈ ਲੈਣ ਛੱਡੋ ਇਸ ਲੈਣ ਤੇ ਸਾਰੇ ਉੱਤੇ ਬੈਠੇ ਬੰਟੀ ਸੇਖੋ ਨਾਲ ਲਾਡੀ ਕੈਨੇਡਾ ਸੋਸਣ ਵਾਲੇ ਬੋਲਾਂ ਤੋਂ ਕੁਝ ਕੇ ਬਾਡੇ ਮਾਨ ਸਨਮਾਨ ਦਾਸ ਦੇ ਲਈ ਪੁੱਛਦੇ ਕਰਦੇ ਨੇ ਬੜਾ ਧੰਨਵਾਦ ਹੈ ਰਵੀ ਪੈਸੇ ਲੈ ਜਾਓ ਮੇਰੇ ਵੀਰ ਬੇਅੰਤ ਕੌਣ ਜਿੱਤਿਆ ਹਾਂਜੀ ਇਸ ਮੈਚ ਦੇ ਵਿੱਚ ਇਸ਼ਾਰਾ ਕਰੀ ਵੀ ਗਗੜੇ ਦੀ ਟੀਮ ਜੀ ਅੱਗੇ ਇਕਬਾਲ ਮੁਸਾਫਰ ਡੋਲੀ ਪਾਈ ਇਕਬਾਲ ਫੇਰ ਤੇ ਗੋੜਾ ਸੰਘਾ ਮਨਜੀਤ ਗਗੜੇ ਦਾ ਮੁੰਡਾ ਗੋਲੋਂ ਤਾਂ ਅਜੇ ਇੱਥੇ ਸਟੇਜ ਤੇ ਉਹਨੂੰ ਡਾਕਟਰ ਬੱਗੇ ਨੇ ਮੇਰਾ ਜ਼ਰੂਰ ਹੈ ਪ੍ਰਬੰਧ ਕਮੇਟੀ ਤਾਂਿਆਂ ਕੱਢ ਦੇ ਵੀ ਅਗਲੀਆਂ ਜੇਤੂ ਪਾ ਕੇ ਜੀ ਭਾਈ ਪੈਸੇ ਕਮੇਟੀ ਕੋਲੇ ਆ ਗੋਲੋਂ ਉਹਨਾਂ ਤੋਂ ਪ੍ਰਾਪਤ ਕਰ ਲਓ 5000 ਰੁਪਏ ਸਾਡੇ ਕੋਲ ਪਹਿਲਾਂ ਮਾਲਾ ਤੇ ਕਬੱਡੀ ਦੇ ਗਰਾਊਂਡ ਵਿੱਚ ਗੱਲ ਸੰਤ ਕਰਤਾਰ ਸਿੰਘ ਦੀ ਕਿਵੇਂ ਕਹਿੰਦੇ ਭਿੰਡਰਾਵਾਲੇ ਦੀ ਗੱਲ ਹੋਈ ਹੈ ਟੋਲਾ ਕੋਨਾ ਪਿੰਡ ਹੈ ਮਾਝੇ ਦੀ ਧਰਤੀ ਦੇ 13ਵੇਂ ਦਮਦਮੀ ਟਸਾਲ ਦੇ ਮੁਖੀ ਹੋਏ ਹੈ ਤੇ 14ਵੇਂ ਮੁਖੀ ਜਿਹੜੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਲੇ ਹੋਏ ਆ ਕਹਿੰਦੇ ਕਿਰਪਾ ਕਰਕੇ ਦੋ ਜਿਹੜੀਆਂ ਲੈਣਾ ਉਹਨਾਂ ਦੇ ਢੁਕਦੀਆਂ ਸਾਨੂੰ ਸੁਣਾ ਦਿਓ ਇਹ ਸਾਡੇ ਖਾਲਸਾ ਜੀ ਕਹਿ ਰਹੇ ਹੈ ਮੈਂ ਰਾਜਵਿੰਦਰ ਨਿਆਲੇ ਨੇ ਗੱਲ ਲਿਖੀ ਸੀ ਲੰਗੇ ਆਣੀਆਂ ਕਹਿੰਦੇ ਜਿਹੜੇ ਜਿੱਤਣ ਲਈ ਕੌਡੀਆਂ ਪਾਉਂਦੇ ਉਹ ਤੋਂ ਪੈਸੇ ਲੈ ਕੇ ਨਹੀਂ ਹਾਰ ਹੁੰਦਾ ਉਹਦੇ ਡਾਲੇ ਤੇ ਕੀ ਛਪਣੀ ਸ਼ੇਰ ਦੀ ਫੋਟੋ ਜਿਹਦੀ ਰੋਟੀ ਤੇ ਅੰਬ ਦਾ ਚਾਹ ਹੁੰਦਾ ਕਿੱਥੋਂ ਉਸ ਰਸੀ ਡੇਰੇ ਪੰਜਾਬ ਵਿੱਚ ਜੇ ਜਾਂਦਾ ਭਿੰਡਰਾਂ ਵਾਲਾ ਸਰਦਾਰ ਹੁੰਦਾ ਉੱਤੋਂ ਦੀ ਪਾ ਕੇ ਗਾਤਰਾ ਰਾਤ ਨੂੰ ਪੀਣ ਦਾਰੂ ਉਹ ਤਾਂ ਫੋਕਾ ਹੀ ਜਸੇਦਾਰ ਹੁੰਦਾ
दिल्ली दंगिया का मुद्दा वह चुकते हैं जी तो कुत्ते दे डंडा नहीं मार हुंदा ते सरपंची का पंगा राजेंद्र न्याले वाला लै लैंदा जे किते गया ना वो यूएसए दे विच बाहर हुंदा। ये गल्लां उस वीर ने लिखिया सी संत जरनैल सिंह जी खालसा भिंडरां वाले दे लई उधरले बन्ने जम्मिया रोडियां दे विच सूरा कहनी करनी दा जो पूरा बच्चा बुढ़ा जी का कैल योध्या सिखी का जरनैल पिता जोगिंदर सिंह दे भी लाडा नाल पाले दा अज भी कंबदी दिल्ली ना सुन भिंडरां वाले दा क्योंकि खालसा जी फैन है असी फैन है यारो भिंडरां वाले बाबे दे लै भी सनेरा मालिया है आ मेरे भाई गल कर अगले मैचन की गल दातों ने सो दुनिया फैन है यार फैन दातों ने दुनिया फैन है यार असी फैन दातों के एक पासे कबड्डी का महाकुंभ कबड्डी का इतिहास जिहड़ा फिर जा रहा है कबड्डी के मुकाबले राजे बाई दे वल्लों एक हजार रुपया झंडे आए रवि का मान सम्मान होया 1100 रुपया ही 1100 रुपया साढ़े वीर आप सत्कार करेंगे भाई चरण उन्होंने लाडी पंधेर हो रही बूटे भाई गल सुन गगड़ा वास डगरू पूनिया रेडवा वास जितूगी बाई कि जी कोई बाई नहीं गई सीधिया मैच है। अच्छा जी एक दो तीन ठीक है जी ओके इतने सी थोड़ी डगरू से गगड़ा पूनिया रेडवा का जोड़े जितू इन्हें जो लाओ जी टीम के जोड़े फैसले आ गए हैं भागपुर गगड़ा से डगरू जिहड़ी टीम दे विचों जित गई उहदा मैच पूनिया रेडवा दे नाल खेडिया जाऊगा साडे प्रबंधक वीरां ने भाई अंग्रेज सिंह जी अज वाकई स्वाद लिया दिता परमात्मा मनदीप कालिए एलईडी दे नाल सन्मान किया जाएगा डोली भाई दे कबड्डी कप दे इकबाल हिर इकबाल मुसाफिर नाल मलकीत संघा कनेडा वाले वालों सो एलईडी दे नाल सन्मान मान किया जाएगा मनदीप कालिए वाले का उधरले बने चांदी डगरू जी आखरे भी जे फाइनल में जितती है टीम डगरू की 5000 रुपया ओके बाबे नकदी लवेंगे सिधारता करते नहीं नकदी लवेंगे। हां जी अगले मैच दी टीम नोट कर लो डगरू ते भागपुर गगड़ा जिहड़ी टीम इस मैच दे विचों जित गई पूनिया रेडवा नाल खेडूगी। अगली मैच तो गल साडे वड्डे वीर गुरचरण सनेरवी जी वाह उधरले पासे सच्ची आउंदा है स्वाद पंजाबियों कौडी देख के अज अगलिया गल्ला माइक से मनदीप कालिया नाल साडा लाडी सोसन कनेडा के एपिसोड के लाइव टैलीकास्ट हो रहे मैच में देख रहा है जिमें मेजर ब्राड भलूर वाला सो जलंधर सिंह सिद्धू पांचगरी वाला जगराज सिंह माले वाला करमपाल सिंह सिद्धू लंडेकिया वाला नाल राजपाल सिंह सिद्धू लंडेकिया वाला सुख ढिलो रटौल रोही वाला नाल गुरप्रीत सिंह ढिलो मलूके वाला इन्हां वीरां दा सारिआं दा धन्नवाद है माइक ते साडा बहुत ही सत्कार राजवीर सिंह वाला जी पुजियावे राजवीर सिंह वाला दे गुरचरण सनेहावल यूएसए नाल जाला धूड़कोट पिंडा मेरे वीरो कोटला मेहर सिंह इन्हां दा भी सारिआं दा धन्नवाद राजवीर सिंह वाला दे गुरचरण सनेहर। अगले मैकां दी बात पाउणगे हां जी नछत्तर जी हैलो बूटे लाडी पंडेर सोशल मीडिया गुरचरण सनेहर नूं जसविंदर है जसपाल बांगर नूं दीप है दीपू दे साडा गुरदीप सिंह मास्टर है 100 रुपया नाम दे रहे इन्हां नूं बड़ा खुश हो गई। उधर लाडी पंडेर सोशन कनेडा वाला साडा वीर बांटी सेखो पूजा आके लगे भाई सर मान प्यार दिता पंजाबी मां बोलण दा खुश हो गए। इधर तगड़ा मैच आ खेड मैदान दी दोवां टीमां दे दरमियान शुरू होण लगा मैच जिहनूं साना वाला भेड़ कहिंदे धावीए ते जाफकां जिहनूं गेड़-गेड़ कहिंदे लो सुख हरदासे वाला पहली कबड्डी पाउण दे लई वाधा होया खेड मैदान विच तगड़ा मैच भागपुर गगड़ा ते डगरू पिंड दी टीमां खेड मैदान च पहुंचन पूनिया रेडवे दा मैच जे तू टीम दे नाल होवेगा चल भी नौजवाना सोनी सिया पा कबड्डी रज्जी वाला पिंड सोनी दा उधर सोनी नाल दे रज्जी वाले पिंड दा अगली कबड्डी पाउण दे लई फिर वाधा होया लै भी भाई गुरचरण सनेरा वालिया इधर तगड़ा मैच दोवां टीमां दरमियान एक कहंदी कहंदे अर्शा नाल कहंदे बसंत दे नाल मेरे लाडा वकीलां वाले पिंड दा एक बंदे कहंदे गोलू ग्रेपा लव पॉइंट सोनी नौजवान अपनी टीम दे हिस्से जोड़दा होया खेड मैदान विच रज्जी वाले दी टीम दे लई चल भी नौजवान पा कबड्डी। हां जी इधर साडे गोल्डी खखराणा बहुत वड्डा बार जिहड़ा पंजाबी मामूलों तो खुश होकर भेज दे आपां धन्नवाद करांगे लो नाल अगलिया दोनों टीमों सदा देवांगे
उधर सेमे के पिंड वाले सौ सौ के माण हो गए जंटे रजिए वो लिए यह गगना तलवंडी भाई का लै भी भाई गुरचरना करी गल अगली कबड्डी खेड मैदान में अगले मैच दिया दोनों टीम जल्दी तो जल्दी पुजन गोल्डी सरा वीर घोड़िया वाला सेखो साहब खखराने वाले बहुत वड्डे प्यार जड़े भेजते सच्चे पातशाह लंबिया वाला बख्शे आ जिहड़ा मैच दर्शक वीरों बड़ा तगड़ा खेडा जा रहा है भागपुर गगड़ा ते डगरू का इस अगला मैच खेडा जाना है दोनों टीम जल्दी तो जल्दी अपनी तैयारी कर लैन और खेड के मैदान के लागे आ जा भागपुर गगड़ा वर्ष डगरू का पहला सैमीफाइनल मैच खेडा जाना है सच्चे पातशाह की मेहर के लाओ सामने देखो खेड के मैदान पैंदी हुई कबड्डी है एक पासे हरदासे वाला लाओ दूसरे पासे देखांगे खेड के मैदान लाओ सामने गुरमीत वाओ सोड़िया उधर जस्सा सेखो घोड़ियों वाला खुखराने वाला वीर 200 रुपए के वड्डे माण कर भेजता पंजाबी मैं बोल तो खोजोगे लाओ कबड्डी कहते निक्के ने पा दी खेड मैदान में उधर चार जाफी आ लै भी अर्चर नौजवान तैयारी फड़ी खेड मैदान में एक पास कहते गुट फड़ के मना कहते गुरदर्शन सिंह गोलू गजर वाले पिंड का उधर पिंड सेमे होनी जंटे रजल के लिए 100 रुपए के वे मान देने जो जफा ला देगा रजल पिंड का जंटा लव पॉइंट निके ने जोड़िया लै भी बाई गुरचरण सुनेरा वालिया करी कबड्डी की अगली गल लो नाल ही अगलिया टीमों खेड के मैदान सद्दा देवे पूरी मेला कमेटी का बहुत वड्डा धन्यवाद है जिन्होंने बहुत वड्डे डिसिपलिन दे विच इस कबड्डी के महाकुंभ नूं करवा दिता है कुछ कु मैच बाकी ने सच्चे पातशाह दी मेहर है लो जगदियां होईयां लाइटां सामने देखो खेड के मैदान एक इसे पिंड का बब्बू वेरे वीरो खखराने वाला सोहनी कबड्डी खेलता एक पढ़ाने वाला एक आ सामने देखो बुद्धकी वाला गलब की धरती का बिल्ला फैसला करता है कि नंबर देखांगे खेड के मैदान रज्जी वाले के हिस्से जुड़ता होया इधर चार जाफी एक पासे गजन वाले की धरती का नौजवान है नाल देखांगे रघुवीर सिंह लाडा बसंत पंजाब पुलिस वाला अर्शप्रीत सिंह राजवंशो सामने देखो खेड के मैदान पाई हुई कबड्डी और सामने नौजवान भजदा होया अपनी टीम के हिस्से नंबर जोड़ता होया कि रेडर के लिए भाज जरूरी जाफी के हथ पक्के वधिया जाफी हुंदा जेड़ा चढ़ती रेड नूं डके लाओ सामने नौजवान की पाई हुई कबड्डी है स्वर्गवासी सरदार चंद सिंह के परिवार वालों जिहड़ी टीम जीतेगी उहदे लई 200 रुपए के वड्डे मान सम्मान होणगे लाओ उधर मान सम्मान इस नगर के सत्कारयोग परिवार ने सच्चे पातशाह दी मेहर दे नाल लाओ इक पासे पाई हुई कबड्डी इधर लग गया जफा ते धावी गया डकिया चढ़ जाता नशा जिन्ना सारा कुछ तकिया लै भी राजदीप सिंह मुबारक लाता भाई राजे तुहानू अज आपां इस कबड्डी के महाकुंभ की सारी मेला कमेटी को मुबारकबाद देवांगे उधर भाई गुरजीत चूके वाला उन्हों का भी आप धनवाद करा जिन्हें भी साढ़े प्रबंधक वीर उधर साढ़े वीर बंटी सेखो पूजा सोशल वाला पॉइंट नौजवान बोटे खोसे कोटले वाले ने अपनी टीम के हिस्से जोड़ दिता चल भी नौजवान कहते बाबू कनेडा के वक् शहर में खेडे नौजवान मेजर भौर होने की टीम जलंधर सिंह सिद्धू होने की टीम करपल लंडे के पिंड वाल की टीम खेडे नौजवान लो बाबू मुदकी वाला पाता हुआ कबड्डी खेड मैदान में लो उधर उंगल खड़ी रैफरी साहब आण की पॉइंट जाफी का लैट वाली बिल्ला गालब रण सिंह की धरती का करता हुआ इशारा अगला मैच है भाई सुनेरा वाला नमस्कार भागपुर गगड़ा वर्ष डगरू का पहला सैमीफाइनल मैच खेडा जाना है 200 रुपया लाडी भदेर कनेडा कहते सुसन वाले जेकर तू नौजवान राजा जफा लाना खेड के मैदान ला इधर देखो सामने खेड के मैदान नौजवान की पाई हुई कबड्डी रज्जीवाल की धरती का निका लाओ मैच समाप्त है ला इस मैच के रज्जी वाले की टीम जितों अभी नोट कर लो रज्जी वाले का मैच पोनिया रेड़मां दे नाल भाई नछत्र सिंह जी खेडा जाना है आपां धन्नवाद करांगे सारी मेला कमेटी दे कल्ले कल्ले वीर दा एक 100 रुपया लाडी भदेर कनेडा वाले लक्ष्मण कल कलां वाले जिहड़े भेजदे है आपां धन्नवाद करांगे इधर भाई पिंडा दे नाल सीमा 100 रुपए दे जंटे रज्जी वाले लई माण भेजदे आ साढ़े वीर पैसे लै जे पिंडा दे भाई सीमा उधर लाडी सोसर भदेर कनेडा वाला साढ़े वीर हरदे साडा बाबा हरदासे वाला जल वाला सेवा वाला उन 100 पर रुपए के वड्डे माण भेजते हैं आप सत्कार करांगे स्वर्गवासी सरदार चंद सिंह के परिवार वालों 200 रुपए वड्डे माण आ जे तू टीम ली
गगड़ा दे डगरू आ जाए, गगड़ा दे डगरू छेदी तो छेदी। बंटी कनेडा सोसर वाले ते लाडी कनेडा बाबे जी लई बहुत वड्डा मान भेज गए है। आपां धन्नवाद करांगे। सो पहला सैमी फाइनल खेलने लई गुरजीत सिंह जी आपां सद्दा दईए। भागपुर गगड़ा ते डगरू का बहुत तकड़ा मैच खेडिया जाना है, दोनों टीमों नूं आपां सद्दा देवांगे। पूनिया रेड़वां ते रज्जी वाला इन्हां टीमों के दरमियान बहुत तकड़ा मैच खेडिया जाना है। मनजिंदर सिंह जी खालसा भाजी आप मान सम्मान कर दीजिए, हरनीक सिंह जी जिन्हें शख्सियत भी करने ने नाल दी नाल। 100 रुपया लाडी बंधेर कनेडा सोसन ते बंटी सिखों लक्ष्मण घाली लई देके गए ने। 100 रुपया बाबा शिंदरपाल जी हरदासे वाले बहुत बहुत धन्यवाद है। बंटी सिखों मेरा वीर जल्दी नाल दोहो अगले मैच दीआं टीमां तैयारी फड़ लैण। टीमां आ जांदी अगले गगड़ा ते डगरू आ जांदे छेदी जी। गगड़ा ते डगरू दोहों टीमों मेरी बेनती, कृपा करके जल्दी नाल।